ਕਹਿ ਰਹੀ ਹਾਂ ਵੀ ਇਹ ਜਿਹੜਾ ਇਲੈਕਸ਼ਨ ਹੋ ਰਿਹਾ ਇਹ ਬਹੁਤ ਅਹਿਮ ਇਲੈਕਸ਼ਨ ਹੈ। ਇਸ ਨੂੰ ਆਮ ਸਮਝਣ ਦੀ ਬਿਲਕੁਲ ਵੀ ਤੁਸੀਂ ਸਾਰੇ ਗਲਤੀ ਨਾ ਕਰਿਓ। ਇਹ ਇਲੈਕਸ਼ਨ ਇੱਕ ਵਿਚਾਰਧਾਰਾ ਦਾ ਇਲੈਕਸ਼ਨ ਹੈ। ਇਹ ਇਲੈਕਸ਼ਨ ਲੋਕਤੰਤਰ ਨੂੰ ਬਚਾਉਣ ਦਾ ਇਲੈਕਸ਼ਨ ਹੈ। ਇਹ ਇਲੈਕਸ਼ਨ ਸਾਡੇ ਵਜੂਦ ਦਾ ਇਲੈਕਸ਼ਨ ਹੈ। ਇਹ ਇਲੈਕਸ਼ਨ ਭਾਈਚਾਰੇ ਤੇ ਏਕਤਾ ਨੂੰ ਕਾਇਮ ਰੱਖਣ ਦਾ ਇਲੈਕਸ਼ਨ ਹੈ। ਤੁਸੀਂ ਜਾਣਦੇ ਹੋ ਵੀ ਬੀਜੇਪੀ ਵਾਲਿਆਂ ਨੇ ਕੀ ਨਾਰਾ ਦਿੱਤਾ ਹੈ, ਅਬ ਕੀ ਬਾਰ 400 ਪਾਰ ਕਿਉਂ ਦਿੱਤਾ ਇਹ ਨਾਰਾ? ਉਹ ਚਾਹੁੰਦੇ ਨੇ ਵੱਧ ਤੋਂ ਵੱਧ ਸਿੱਟਾ ਆਣ ਤਾਂ ਕਿ ਉਹ ਸਾਡੇ ਦੇਸ਼ ਦਾ ਸੰਵਿਧਾਨ ਬਦਲ ਸਕਣ। ਤੇ ਕਾਂਗਰਸ ਪਾਰਟੀ ਕਹਿੰਦੀ ਹੈ ਆਖਰੀ ਸਾਹ ਤੱਕ ਅਸੀਂ ਆਪਣੇ ਦੇਸ਼ ਦਾ ਸੰਵਿਧਾਨ ਬਦਲਣ ਨਹੀਂ ਦੇਵਾਂਗੇ। ਸੰਵਿਧਾਨ ਉਹ ਕਾਨੂੰਨ ਹੈ ਜੋ ਸਾਨੂੰ ਸਾਰਿਆਂ ਨੂੰ ਜੀਣ ਦਾ ਹੱਕ ਦਿੰਦਾ ਹੈ, ਸਾਨੂੰ ਆਪਣੇ ਆਪਣੇ ਮਜ਼ਹਬਾਂ ਧਰਮਾਂ ਦੇ ਮੁਤਾਬਕ ਚੱਲਣ ਦਾ ਹੱਕ ਦਿੰਦਾ ਹੈ, ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਧਰਮਾਂ ਦੇ ਮੁਤਾਬਕ ਆਪਣੇ ਆਪਣੇ ਧਰਮਾਂ ਨੂੰ ਮਾਨਣ ਨੂੰ ਮਾਨਣ ਦਾ ਹੱਕ ਦਿੰਦਾ ਹੈ। ਸੰਵਿਧਾਨ ਅਸੀਂ ਸਾਰਿਆਂ ਨੂੰ ਤਾਲੀਮ ਹਾਸਲ ਕਰਨ ਦਾ ਹੱਕ ਦਿੰਦਾ ਹੈ, ਐਸਸੀ ਐਸਟੀ ਦੇ ਰਿਜ਼ਰਵੇਸ਼ਨ ਦਾ ਹੱਕ ਦਿੰਦਾ ਹੈ। ਲੋਕ ਬਹੁਤ ਪਰੇਸ਼ਾਨ ਹੋ ਗਏ ਨੇ, ਉਹ ਤੰਗ ਆ ਗਏ ਨੇ ਬੀਜੇਪੀ ਦੀ ਹਿੰਦੂ ਮੁਸਲਿਮ ਮੰਦਿਰ ਮਸਜਿਦ ਦੀ ਗੱਲਾਂ ਸੁਣ ਸੁਣ ਕੇ। ਮੈਂ ਤੁਹਾਨੂੰ ਇੱਕ ਗੱਲ ਸੱਚ ਦੱਸ ਰਹੀ ਹਾਂ, ਜੇ ਸਰਕਾਰ ਬੀਜੇਪੀ ਵਾਲਿਆਂ ਦੀ ਸੈਂਟਰ ਵਿੱਚ ਬਣੀ ਤਾਂ ਇਸ ਦੀ ਕੋਈ ਗਾਰੰਟੀ ਨਹੀਂ ਕਿ ਦੁਬਾਰਾ ਇਸ ਦੇਸ਼ ਵਿੱਚ ਇਲੈਕਸ਼ਨ ਹੋਊਗਾ ਕਿ ਨਹੀਂ ਹੋਊਗਾ। ਬੀਜੇਪੀ ਵਾਲੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ। ਮੈਂ ਇਹ ਨਹੀਂ ਕਹਿ ਰਹੀ ਵੀ ਆਪਾਂ ਹਿੰਦੂ ਭਾਈ ਭੈਣਾਂ ਦੇ ਖਿਲਾਫ ਨੇ, ਆਪਾਂ ਚਾਹੁੰਦੇ ਹਾਂ ਜਿਵੇਂ ਸਾਰੇ ਜਾਤੀ ਧਰਮ ਦੇ ਲੋਕ ਇਸ ਦੇਸ਼ ਵਿੱਚ ਮਿਲ ਜੁਲ ਕੇ ਰਹਿੰਦੇ ਆਏ ਨੇ ਉਂਝ ਸਾਰੇ ਰਹੀਏ। ਕੋਈ ਵੀ ਨਹੀਂ ਚਾਹੁੰਦਾ ਸਾਡੇ ਦੇਸ਼ ਦਾ ਬਟਵਾਰਾ ਹੋਵੇ। ਜੇ ਬੀਜੇਪੀ ਦੀ ਸਰਕਾਰ ਸੈਂਟਰ ਵਿੱਚ ਆਈ ਤਾਂ ਇਹ UCC ਕਾਨੂੰਨ ਲਾਗੂ ਕਰਨਗੇ। UCC ਕੀ ਹੈ? ਯੂਨੀਫਾਰਮ ਸਿਵਲ ਕੋਡ, ਮਤਲਬ ਇੱਕ ਦੇਸ਼ ਇੱਕ ਕਾਨੂੰਨ, ਇੱਕ ਧਰਮ ਦਾ ਕਾਨੂੰਨ। ਜਿਵੇਂ ਹੁਣ ਮੈਂ ਮੁਸਲਮਾਨ ਹਾਂ, ਮੁਸਲਮਾਨ ਭਾਈ ਭੈਣ ਆਪਣੇ ਮਜ਼ਹਬ ਦੇ ਨਾਲ ਚੱਲਦੇ ਨੇ, ਉਹ ਸ਼ਰੀਆ ਦੇ ਹਿਸਾਬ ਨਾਲ ਚੱਲਦੇ ਨੇ। ਸਾਡਾ ਨਿਕਾਹ ਦਾ ਤਰੀਕਾ, ਤਲਾਕ ਦਾ ਤਰੀਕਾ, ਪ੍ਰਾਪਰਟੀ ਦਾ ਤਰੀਕਾ ਸਾਰਾ ਸ਼ਰੀਆ ਲਾਅ ਦੇ ਹਿਸਾਬ ਨਾਲ ਚੱਲਦਾ ਹੈ। ਤੇ ਤੁਹਾਡਾ ਸਾਰਿਆਂ ਦਾ ਧਰਮ, ਤੁਹਾਡਾ ਜਿਹੜਾ ਹਿਸਾਬ ਹੈ ਤੁਹਾਡੇ ਧਰਮਾਂ ਦੇ ਮੁਤਾਬਕ ਚੱਲਦਾ ਹੈ। ਕੀ ਤੁਸੀਂ ਚਾਹੁੰਦੇ ਹੋ ਵੀ ਸਾਡੇ ਤੋਂ ਬੀਜੇਪੀ ਵਾਲੇ ਇਹ ਸਭ ਖੋਲ ਹੈ? ਅਸੀਂ ਸਾਰੇ ਇੱਕਜੁੱਟ ਹੋ ਕੇ ਇਸ ਦੇਸ਼ ਵਿੱਚ ਰਹਿੰਦੇ ਆ ਰਹੇ ਹਾਂ ਤੇ ਬੀਜੇਪੀ ਵਾਲੇ ਨਫ਼ਰਤ ਦੀ ਸਿਆਸਤ ਕਰਨ ਚ ਪੂਰੇ ਲੱਗਣਗੇ। ਕਾਂਗਰਸ ਪਾਰਟੀ ਮੁੱਦਾ ਦੀ ਗੱਲ ਕਰਦੀ ਹੈ, ਕਾਂਗਰਸ ਪਾਰਟੀ ਕਹਿ ਰਹੀ ਹੈ ਵੀ ਆਪਾਂ ਰੋਜ਼ਗਾਰ ਦੇਵਾਂਗੇ, ਕਾਂਗਰਸ ਪਾਰਟੀ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ, ਸਾਡੇ ਨੌਜਵਾਨਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ, ਕਾਂਗਰਸ ਪਾਰਟੀ ਮਾਈਨੋਰਿਟੀ ਦੀ ਗੱਲ ਕਰਦੀ ਹੈ। ਇੱਕੋ ਇੱਕ ਲੀਡਰ ਨੇ ਰਾਹੁਲ ਗਾਂਧੀ ਜੀ
ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਨੇ। ਉਹਨਾਂ ਨੇ ਭਾਰਤ ਜੋੜੋ ਯਾਤਰਾ ਕੀਤੀ। ਉਹਨਾਂ ਨੇ ਕਿਉਂ ਕੀਤੀ ਭਾਰਤ ਜੋੜੋ ਯਾਤਰਾ? ਤਾਂ ਕਿ ਉਹ ਲੋਕਾਂ ਤੋਂ ਉਹਨਾਂ ਦੀ ਕੋਈ ਵੀ ਕਿਸੇ ਵੀ ਕਿਸਮ ਦੀ ਪ੍ਰੋਬਲਮ ਨੇ ਉਹਨਾਂ ਤੋਂ ਜਾਣ ਸਕਣ। ਗਰਾਊਂਡ ਲੈਵਲ ਤੇ ਉਹ ਚਾਹੁੰਦੇ ਸੀ ਵੀ ਲੋਕਾਂ ਦੇ ਦਰਦ, ਲੋਕਾਂ ਨੂੰ ਕੀ ਮਸਲੇ ਨੇ ਉਹਦਾ ਪਤਾ ਕਰ ਸਕਣ। ਰਾਹੁਲ ਗਾਂਧੀ ਜੀ ਇੱਕ ਲੀਡਰ ਨੇ ਜਿਹੜੇ ਬੀਜੇਪੀ ਦੇ ਖਿਲਾਫ ਡਟ ਕੇ ਖੜੇ ਨੇ, ਸਾਡੇ ਦੇਸ਼ ਦੀ ਲੜਾਈ ਲੜਦੇ ਨੇ। ਮੇਰੀ ਸਾਰਿਆਂ ਨਾਲ ਇੱਕੋ ਹੀ ਗੁਜ਼ਾਰਿਸ਼ ਹੈ, ਤੁਸੀਂ ਇਸ ਵਾਰੀ ਜਦ ਵੋਟ ਦੇਣ ਜਾਓਗੇ ਤਾਂ ਬਹੁਤ ਸੋਚ ਸਮਝ ਕੇ ਵੋਟ ਕਰਨਾ, ਕਿਉਂਕਿ ਇਹ ਛੋਟੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ, ਸਾਡੇ ਦੇਸ਼ ਦੇ ਭਵਿੱਖ ਦਾ ਸਵਾਲ ਹੈ। ਮੈਂ ਥੋੜਾ ਇੱਕ ਆਪਣੇ ਜਿਹੜੇ ਮੇਰੇ ਮੁਸਲਮਾਨ ਭਾਈ ਭੈਣ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਵੀ ਇੱਕ ਗੱਲ ਦੱਸਣਾ ਚਾਹੁੰਦੀ ਹਾਂ। ਜੇ ਬੀਜੇਪੀ ਦੀ ਸਰਕਾਰ ਸੈਂਟਰ ਚ ਬਣੀ ਤਾਂ ਉਹ CAA ਕਾਨੂੰਨ ਤਾਂ ਉਹਨਾਂ ਨੇ ਲਾਗੂ ਕਰਤਾ ਹੈ। ਉਹ ਤੁਹਾਡੇ ਤੋਂ ਤੁਹਾਡੇ ਕਾਗਜ਼ਾਤ ਮੰਗਣਗੇ, ਉਹ ਕਹਿਣਗੇ ਆਪਣੇ ਕਾਗਜ਼ਾਤ ਦਿਖਾਓ। ਜੇ ਤੁਸੀਂ ਕਾਗਜ਼ਾਤ ਨਹੀਂ ਦਿਖਾ ਪਾਓਗੇ ਤਾਂ ਤੁਹਾਨੂੰ ਕਿਹਾ ਜਾਊਗਾ ਤੁਸੀਂ ਇਸ ਦੇਸ਼ ਤੋਂ ਜਾ ਸਕਦੇ ਹੋ। ਕਿ ਤੁਸੀਂ ਆਪਣਾ ਦੇਸ਼ ਛੱਡ ਕੇ ਜਾਣਾ ਚਾਹੁੰਦੇ ਹੋ? ਅਸੀਂ ਕੱਲ ਤੋਂ ਇੱਥੇ ਰਹਿ ਰਹੇ ਹਾਂ। ਇਹ ਜਿੰਨਾ ਦੇਸ਼ ਸਾਡੇ ਹਿੰਦੂ ਭਾਈ ਭੈਣਾਂ ਦਾ ਹੈ, ਉਨਾ ਹੀ ਦੇਸ਼ ਇਹ ਮੁਸਲਮਾਨ ਭਾਈ ਭੈਣਾਂ ਦਾ ਵੀ ਹੈ। ਤੇ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਕਾਂਗਰਸ ਪਾਰਟੀ ਲਈ ਵੋਟ ਕਰੋ। ਤੇ ਮੈਨੂੰ ਪੂਰਾ ਯਕੀਨ ਵੀ ਹੈ, ਜਿਵੇਂ ਮੇਰੀ ਅੰਮੀ ਨੇ ਅਸੈਂਬਲੀ ਵਿੱਚ ਜਾ ਕੇ ਤੁਹਾਡੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ, ਉਂਝ ਸੁਖਪਾਲ ਖਹਿਰਾ ਜੀ ਵੀ ਤੁਹਾਡੇ ਹੱਕਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਜਾ ਕੇ ਬੁਲੰਦ ਕਰਨਗੇ। ਇੱਕ ਇੱਕ ਸੀਟ ਪਾਰਲੀਮੈਂਟ ਦੀ ਬਹੁਤ ਅਹਿਮ ਹੈ, ਬਹੁਤ ਅਹਿਮੀਅਤ ਰੱਖਦੀ ਹੈ। ਇਹ ਇਲੈਕਸ਼ਨ MP ਨੂੰ ਚੁਣਨ ਦਾ ਇਲੈਕਸ਼ਨ ਹੈ। MP ਸਾਡਾ ਦੇਸ਼ ਚਲਾਉਂਦਾ ਹੈ, MP ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣਦਾ ਹੈ। ਤਾਂ ਤੁਸੀਂ ਸਾਰਿਆਂ ਨੇ ਇਸ ਵਾਰ ਬਹੁਤ ਸੋਚ ਸਮਝ ਕੇ ਵੋਟ ਪਾਣੀ ਆ। ਸਾਰਿਆਂ ਨੂੰ ਤੁਸੀਂ ਕਹੋ ਜ਼ਿਆਦਾ ਤੋਂ ਜ਼ਿਆਦਾ ਤਾਦਾਦ ਵਿੱਚ ਜਾਣ ਤੇ ਵੋਟ ਪਾਓ। ਨਾਲੇ ਮੈਂ ਆਪਣੀ ਖਾਸ ਤੌਰ ਤੇ ਜਿਹੜੀ ਮੇਰੀ ਬੀਬੀਆਂ ਨੇ, ਮੇਰੀ ਮਾਵਾਂ ਨੇ, ਮੇਰੀ ਭੈਣਾਂ ਨੇ, ਉਹਨਾਂ ਦਾ ਮੈਂ ਦਿਲੋਂ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ, ਕਿਉਂਕਿ ਉਹ ਹਮੇਸ਼ਾ ਹੀ ਵੱਧ ਤੋਂ ਵੱਧ ਤਾਦਾਦ ਵਿੱਚ ਇੱਥੇ ਸ਼ਿਰਕਤ ਕਰਦੀਆਂ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਡਮ ਰਜੀਆ ਸੁਲਤਾਨਾ ਜੀ, ਜਿਹੜੇ ਕਿ ਆਪਣੇ 2002 ਤੋਂ ਲੈ ਕੇ ਅੱਜ ਤੱਕ ਕਾਂਗਰਸ ਪਾਰਟੀ ਵੱਲੋਂ ਆਪਣੀ ਨੁਮਾਇੰਦਗੀ ਕਰਦੇ ਆ ਰਹੇ ਹਨ, ਮੈਡਮ ਜੀ ਬੇਨਤੀ ਕਰਦਾ ਕਿ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਸਤਿ ਸ੍ਰੀ ਅਕਾਲ, ਅਸਲਾਮ ਵਾਲੇਕਮ। ਬਹੁਤ ਸ਼ੁਕਰੀਆ ਸਾਰਿਆਂ ਦਾ, ਤੁਸੀਂ ਸਾਰੇ ਇੱਥੇ ਪਹੁੰਚੇ ਹੋ, ਮੇਰੀਆਂ ਦੂਜੀਆਂ ਭੈਣਾਂ ਪਹੁੰਚੀਆਂ ਨੇ, ਮੇਰੇ ਬਜ਼ੁਰਗ, ਮੇਰੇ ਭਰਾ, ਬੱਚੇ ਸਾਰੇ ਪਹੁੰਚੇ ਨੇ, ਸਾਰਿਆਂ ਦਾ ਬਹੁਤ ਸ਼ੁਕਰੀਆ। ਖਾਸ ਤੌਰ ਤੇ ਲਾਲੀ ਜੀ ਦਾ, ਲਾਡੀ ਜੀ ਦਾ, ਤੇਜਮਤ ਜੀ ਦਾ ਬਹੁਤ ਸ਼ੁਕਰੀਆ ਕਿ ਬਹੁਤ ਮਿਹਨਤ ਕਰਦੇ ਨੇ ਸਾਡੇ ਲਈ, ਬਸ ਚੜ ਕੇ ਅੱਗੇ ਹੋ ਕੇ ਕੰਮ ਵੀ ਕਰਦੇ ਨੇ, ਤੁਹਾਡਾ ਵੀ ਕੰਮ ਕਰਦੇ ਨੇ, ਸਾਡੇ ਲਈ ਵੀ ਬਹੁਤ ਮਿਹਨਤ ਕਰਦੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਜ਼ਿਆਦਾ ਸਮਾਂ ਮੈਂ ਨਹੀਂ ਲਵਾਂਗੀ, ਕਿਉਂਕਿ ਮੈਨੂੰ ਪਤਾ ਤੁਸੀਂ ਸੁਖਪਾਲ ਖਹਿਰਾ ਜੀ ਨੂੰ ਸੁਣਨਾ, ਉਹਨਾਂ ਦੇ ਵਿਚਾਰ ਸੁਣਨੇ ਨੇ, ਸਾਰੀਆਂ ਗੱਲਾਂ ਡਿਟੇਲ ਦੇ ਵਿੱਚ ਤੁਹਾਨੂੰ ਮੇਰੀ ਬੇਟੀ ਨਿਸ਼ਾਤ ਅਖਤਰ ਨੇ ਦੱਸੀਆਂ ਨੇ।
ਸਾਰਾ ਕੁਝ ਸਮਝਾਇਆ। ਮੈਂ ਦੁਬਾਰਾ ਤੁਹਾਨੂੰ ਉਹੀ ਗੱਲਾਂ ਨਹੀਂ ਸਮਝਾਉਣਾ ਚਾਹੁੰਦੀ, ਰਿਪੀਟ ਨਹੀਂ ਕਰਨਾ ਚਾਹੁੰਦੀ। ਕਾਫੀ ਟਾਈਮ ਵੀ ਕਾਫੀ ਹੋ ਗਿਆ ਹੈ। ਬਸ ਇੰਨਾ ਹੀ ਜ਼ਰੂਰ ਕਹਾਂਗੀ ਕਿ ਇਹ ਜੋ ਇਲੈਕਸ਼ਨ ਹੈ ਆਪਣਾ, ਇਹ ਦੇਸ਼ ਦਾ ਇਲੈਕਸ਼ਨ ਹੈ, ਆਪਣੇ ਮੁਲਕ ਦਾ ਇਲੈਕਸ਼ਨ ਹੈ। ਆਪਾਂ ਨੇ ਆਪਣੇ ਦੇਸ਼ ਦੇ ਵਿੱਚ, ਆਪਣੇ ਮੁਲਕ ਦੇ ਵਿੱਚ ਕਿਹਦੀ ਸਰਕਾਰ ਬਣਾਉਣੀ ਹੈ, ਇਹ ਉਹਦਾ ਇਲੈਕਸ਼ਨ। ਸਿਕੰਦਰ ਸਿੰਘ ਤੇ ਆਪਣੇ ਨਿਰਮਲ ਸਿੰਘ ਔਰ ਮਨਪ੍ਰੀਤ ਸਿੰਘ ਤੇ ਵੀ ਆਪਣੇ ਨਾਲ ਆਰਟੀਏ ਨੇ, ਇਹਨਾਂ ਨੇ ਵੀ ਬੇਨਤੀ ਕੀਤੀ ਹੈ, ਇਹਨਾਂ ਦਾ ਵੀ ਬਹੁਤ ਸ਼ੁਕਰੀਆ ਹੈ। ਆਪਾਂ ਦੇਸ਼ ਦੀ ਗੱਲ ਕਰ ਰਹੇ ਹਾਂ ਕਿ ਦੇਸ਼ ਦੀ ਸਰਕਾਰ ਕਰਨੀ ਹੈ, ਔਰ ਦੇਸ਼ ਦੇ ਵਿੱਚ ਅਜੇ ਹਾਲਾਤ ਕੀ ਨੇ ਉਹ ਤੁਹਾਡੇ ਸਾਹਮਣੇ ਨੇ। ਹੁੰਦੀ ਵਾਰ ਜੋ ਬੀਜੇਪੀ ਦੀ ਸਰਕਾਰ ਸੀ, ਹੁਣ ਉਹ ਬੀਜੇਪੀ ਵਾਲੇ ਕਹਿੰਦੇ ਨੇ ਕਿ ਅਸੀਂ ਦੁਬਾਰਾ ਸਰਕਾਰ ਇਹ ਬਣਾਉਣੀ ਹੈ ਔਰ ਫੁੱਲ ਮੈਜੋਰਿਟੀ ਨਾਲ ਬਣਾਉਣੀ ਹੈ। ਉਹਨਾਂ ਦੀ ਇਹ ਕੋਸ਼ਿਸ਼ ਹੈ, ਉਹਨਾਂ ਨੇ ਤਾਈਓ ਇਹ ਨਾਰਾ ਦਿੱਤਾ ਸੀ ਕਿ ਹੁੰਦੀ ਵਾਰ 400 ਪਾਰ, ਕਿ ਅਸੀਂ 400 ਤੋਂ ਵੱਧ ਸੀਟਾਂ ਲੈ ਕੇ ਆਉਣੀਆਂ ਨੇ, ਫੁੱਲ ਮੈਜੋਰਿਟੀ ਨਾਲ ਲੈ ਕੇ ਆਉਣੀਆਂ ਨੇ, ਤਾਂ ਕਿ ਅਸੀਂ ਆਪਣੇ ਦੇਸ਼ ਦਾ ਸੰਵਿਧਾਨ ਬਦਲ ਸਕੀਏ, ਕਾਨੂੰਨ ਬਦਲ ਸਕੀਏ, ਫਿਰ ਅਸੀਂ ਆਪਣੀ ਮਨ ਮਰਜ਼ੀ ਨਾਲ ਮੁਲਕ ਨੂੰ ਚਲਾਈਏ, ਆਪਣੇ ਦੇਸ਼ ਨੂੰ ਆਪਣੀ ਮਨ ਮਰਜ਼ੀ ਨਾਲ ਚਲਾਈਏ। ਕਿਵੇਂ? ਜਿਵੇਂ ਮੇਰੀ ਬੇਟੀ ਨੇ ਦੱਸਿਆ ਸੀਏ ਲਾਗੂ ਕਰਤਾ, ਆਪਾਂ ਕਹਿੰਦੇ ਸੀ ਨਾ ਧਰਨੇ ਲਗਾਉਂਦੇ ਸੀ ਕਿ ਅਸੀਂ ਕਾਗਜ਼ ਨਹੀਂ ਦਿਖਾਵਾਂਗੇ, ਕਾਗਜ਼ ਨਹੀਂ, ਕੀ ਨੇ ਉਹ ਕਾਗਜ਼? ਤੁਹਾਨੂੰ ਪਤਾ ਕਿਸੇ ਨੂੰ ਵੀ ਕਾਗਜ਼ ਕੀ ਨੇ? ਉਹ ਸੀਏ ਕੀ ਚੀਜ਼ ਹੈ, ਕਾਗਜ਼ ਕੀ ਨੇ? ਉਹ ਕਹਿੰਦੇ ਨੇ ਕਿ ਜਦ ਸਨ 47 ਤੋਂ ਪਹਿਲਾਂ ਤੁਸੀਂ ਇੱਥੇ ਜਿਹੜੇ ਤੁਹਾਡੇ ਬਾਪ ਦਾਦਾ ਰਹਿੰਦੇ ਸੀ, ਅਸੀਂ ਉਹਨਾਂ ਦੇ ਕਾਗਜ਼ ਦੇਖਾਂਗੇ ਕਿ ਤੁਹਾਡੇ ਬਾਪ ਦਾਦਾ ਇੱਥੇ ਵੀ ਰਹਿਣ ਵਾਲੇ ਸੀ, ਉਹਨਾਂ ਦੇ ਜਨਮ ਸਰਟੀਫਿਕੇਟ ਤੁਹਾਡੇ ਕੋਲ ਹੈਗੇ, ਜਾਂ ਕੋਈ ਜਾਇਦਾਦ ਦਾ ਸਬੂਤ ਹੈਗਾ ਕਿ ਤੁਹਾਡੇ ਬਾਪ ਦਾਦਾ ਇੱਥੇ ਹੀ ਰਹਿੰਦੇ ਸੀ, ਜਾਂ ਤੁਸੀਂ 47 ਦੇ ਵਿੱਚ ਪਾਕਿਸਤਾਨ ਤੋਂ ਇੱਥੇ ਆਏ ਸੀ ਜਾਂ ਹੋਰ ਕਿਸੇ ਮੁਲਕ ਤੋਂ ਇੱਥੇ ਆਏ ਸੀ। ਉਹ ਕਾਗਜ਼ ਤੁਹਾਡੇ ਦੇਖਣਗੇ ਕਿ ਅਗਰ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ, ਤੁਹਾਡੇ ਬਾਪ ਦਾਦਾ ਦਾ ਜਨਮ ਦਿਨ ਸਰਟੀਫਿਕੇਟ ਤੁਹਾਡੇ ਕੋਲ ਹੈ ਜਾਂ ਜ਼ਮੀਨ ਦੇ ਕਾਗਜ਼ਾਤ ਨੇ, ਤਾਂ ਤੁਹਾਨੂੰ ਇੱਥੇ ਰਹਿਣ ਦੀ ਪਰਮਿਸ਼ਨ ਦਿੱਤੀ ਜਾਊਗੀ, ਨਹੀਂ ਤਾਂ ਫਿਰ ਤੁਸੀਂ ਇੱਥੋਂ ਜਾਓਗੇ, ਤੁਹਾਡੇ ਕੋਲ ਨਹੀਂ। ਕਿਹਦੇ ਕਿਹਦੇ ਕੋਲ ਆ? ਸਾਡੇ ਕੋਲ ਤੇ ਬਾਪ ਦਾਦਾ ਦੇ ਜਨਮ ਸਰਟੀਫਿਕੇਟ ਬਣਦੇ ਹੀ ਕਾਗਜ਼ ਸੀ, ਜ਼ਮੀਨ ਜਾਇਦਾਦ ਹੁੰਦੀ ਕਿੱਥੇ ਸੀ ਵਿਚਾਰੇ ਕੋਲ, ਜਿਹਨਾਂ ਕੋਲ ਇੱਕ ਇੱਕ ਕੋਠਾ ਹੈ, ਗੁਣ ਪਾਇਆ ਹੈ, ਉਹਨਾਂ ਕੋਲ ਕਿਹੜੀ ਜ਼ਮੀਨ ਜਾਇਦਾਦ ਸੀ? ਪਰ ਰਹਿੰਦੇ ਸੀ ਕੋਈ ਰਹਿੰਦੇ ਆ ਰਹੇ ਸੀ, ਤੁਸੀਂ ਆ ਸੀ ਉਧਰੋਂ ਨਹੀਂ ਆਏ ਸੀ, ਇੱਥੇ ਤੇ ਰਹਿਣ ਵਾਲੇ ਆ, ਪਰ ਸਾਡੇ ਕੋਲ ਸਬੂਤ ਨਹੀਂ ਹੈ। ਅਸੀਂ ਇਸ ਕਰਕੇ ਕਹਿੰਦੇ ਹਾਂ ਕਿ ਸਾਡੇ ਕੋਲ ਸਬੂਤ ਨਹੀਂ, ਅਸੀਂ ਕਾਗਜ਼ ਨਹੀਂ ਦਿਖਾਵਾਂਗੇ, ਅਸੀਂ ਕਾਗਜ਼ ਹੈ ਕਿ ਸਾਡੇ ਕੋਲ ਕਿੱਥੋਂ ਦਿਖਾਵਾਂਗੇ, ਪਰ ਅਸੀਂ ਰਹਿੰਦੇ ਇੱਥੇ ਹੀ ਆ। ਜ਼ਮੀਨਾਂ ਜਾਇਦਾਦਾਂ ਜਿਹੜੇ ਮਜ਼ਦੂਰੀ ਕਰਦੇ ਨੇ ਵਿਚਾਰੇ, ਕਿੱਥੇ ਨੇ ਉਹਨਾਂ ਕੋਲੇ, ਕਿੱਥੇ ਉਹਨਾਂ ਕੋਲ ਜਨਮ ਸਰਟੀਫਿਕੇਟ? ਉਹ ਕਹਿੰਦੇ ਸੀ ਸਭ ਤੋਂ ਇਹ ਕਾਗਜ਼ ਦੇਖਾਂਗੇ, ਨਹੀਂ ਤੁਸੀਂ ਕਾਗਜ਼ ਦਿਖਾ ਪਾਓਗੇ ਤਾਂ ਇਸ ਮੁਲਕ ਚੋਂ ਬਾਹਰ ਜਾਓਗੇ। ਇਸ ਲਈ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਇੱਕ ਇੱਕ ਵੋਟ ਕਾਂਗਰਸ ਪਾਰਟੀ ਨੂੰ ਦਿਓ, ਤਾਂ ਕਿ ਕਾਂਗਰਸ ਪਾਰਟੀ ਵਾਹਿਦ ਇੱਕ ਇਹੋ ਜਿਹੀ ਪਾਰਟੀ ਹੈ ਜਿਹੜੀ ਸਾਰਿਆਂ ਨੂੰ ਇੱਥੇ ਰਹਿਣ ਦਾ ਹੱਕ ਦਿੰਦੀ ਹੈ, ਅਧਿਕਾਰ ਦਿੰਦੀ ਹੈ। ਕਾਂਗਰਸ ਪਾਰਟੀ ਕਹਿੰਦੀ ਹੈ ਤੁਹਾਨੂੰ ਸਭ ਨੂੰ ਇੱਥੇ ਰਹਿਣ ਦਾ ਅਧਿਕਾਰ ਹੈ, ਤੁਸੀਂ ਸਭ ਮਿਲ ਜੁਲ ਕੇ ਇੱਥੇ ਖੁਸ਼ਹਾਲੀ ਦੀ ਜ਼ਿੰਦਗੀ ਗੁਜ਼ਾਰ ਸਕਦੇ ਹੋ। ਉਹ ਮੁਲਕ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ ਕਾਂਗਰਸ ਪਾਰਟੀ, ਸਾਰਿਆਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੀ ਹੈ, ਪਰ ਬੀਜੇਪੀ ਪਾਰਟੀ ਮੁਲਕ ਨੂੰ ਜੋੜ ਕੇ ਰੱਖਣ ਦੀ ਨੀਅਤ ਦੇ ਵਿੱਚ ਨਹੀਂ ਹੈ, ਉਹ ਸਿਰਫ ਇੱਕ ਮੈਜੋਰਿਟੀ ਨੂੰ ਦੇਖਣਾ ਚਾਹੁੰਦੀ ਹੈ। ਜਦ ਉਹਨਾਂ ਦਾ ਦਿਲ ਬੇਈਮਾਨ ਹੁੰਦਾ ਤਾਂ ਉਹ ਮੈਜੋਰਿਟੀ ਵੱਲ ਝਾਕਦੀ ਹੈ,
ਮੈਨੋਰਟੀ ਵੱਲ ਨਹੀਂ ਦੇਖਦੇ। ਜਦ ਦਿਲਬਾਈ ਖਾਨ ਦਾ ਘੇਰਾ ਕਹਿੰਦੇ ਨੇ ਕਿ ਕਾਂਗਰਸ ਪਾਰਟੀ ਤਾਂ ਸਾਰਾ ਕੁਝ ਤੁਹਾਡਾ ਛੀਨ ਕੇ ਮੁਸਲਮਾਨਾਂ ਨੂੰ ਦੇ ਦੇਗੀ, ਇਹੋ ਜਿਹੀਆਂ ਗੱਲਾਂ ਕਰਨ ਲੱਗ ਜਾਂਦੇ ਨੇ, ਗੁੰਮਰਾਹ ਕਰਨ ਵਾਲੀਆਂ ਗੱਲਾਂ ਕਰਨ ਲੱਗ ਜਾਂਦੇ ਨੇ। ਜਦ ਉਹਨਾਂ ਨੂੰ ਥੋੜਾ ਜਿਹਾ ਡਗਮਗਾਉਂਦਾ ਲੱਗਦਾ ਆਪਣਾ ਮਸਲਾ, ਜਦ ਥੋੜਾ ਜਿਹਾ ਲੋਕ ਉਹਨਾਂ ਦੇ ਪਿੱਛੇ ਪੈਂਦੇ ਨੇ ਕਿ ਤੁਸੀਂ ਤਾਂ ਮੁਸਲਮਾਨ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਕਰਦੇ ਹੋ, ਫਿਰ ਉਹ ਕਹਿਣ ਲੱਗ ਜਾਂਦੇ ਨੇ ਕਿ ਨਹੀਂ ਜੀ, ਜੇ ਅਸੀਂ ਹਿੰਦੂ ਮੁਸਲਮਾਨ ਕਰਾਂਗੇ ਅਸੀਂ ਤਾਂ ਕਿਸੇ ਤੇ ਨਹੀਂ ਬੈਠ ਸਕਦੇ, ਅਸੀਂ ਤਾਂ ਆਏ ਨਹੀਂ ਕਰ ਸਕਦੇ, ਅਸੀਂ ਤਾਂ ਬਾਈ ਨਹੀਂ ਕਰ ਸਕਦੇ। ਕਿਸੇ ਦਿਨ ਕੁਛ ਕਰਦੇ ਨੇ, ਦੂਸਰੇ ਦਿਨ ਫਿਰ ਹਮਲਾ ਕਰਦੇ ਨੇ, ਫਿਰ ਕਹਿੰਦੇ ਨੇ ਕਾਂਗਰਸ ਪਾਰਟੀ ਦਾ ਤੁਹਾਡੇ ਮੰਗਲ ਸੂਤਰ ਛੀਨ ਲੈਗੀ। ਮਤਲਬ ਉਹਨਾਂ ਦਾ ਇੱਕ ਦਿਨ ਬਿਆਨ ਕੁਛ ਹੁੰਦਾ, ਦੂਏ ਦਿਨ ਬਿਆਨ ਕੁਛ ਹੁੰਦਾ। ਦਿਲ ਉਹਨਾਂ ਦੇ ਬੇਈਮਾਨ ਨੇ, ਤੁਸੀਂ ਉਹਨਾਂ ਨੂੰ ਦੇਖ ਚੁੱਕੇ ਹੋ, ਇਰਾਦੇ ਉਹਨਾਂ ਦੇ ਬੇਈਮਾਨ ਨੇ। ਇਸ ਲਈ ਜਾਗੋ, ਔਰ ਆਉਣ ਵਾਲਾ ਸਮਾਂ ਤੁਹਾਡੇ ਹੱਥ ਦੇ ਵਿੱਚ ਹੈ। ਇਹ ਨਾ ਹੋਏ ਕੱਲ ਨੂੰ ਫਿਰ ਸਾਤੋਂ ਕਾਗਜ਼ ਮੰਗਣ, ਸਾਨੂੰ ਇੱਥੋਂ ਬਾਹਰ ਕਰਨ। ਇਸ ਲਈ ਅੱਜ ਇੱਕ ਇੱਕ ਵੋਟ ਕਾਂਗਰਸ ਪਾਰਟੀ ਨੂੰ ਦੋ, ਰਾਹੁਲ ਗਾਂਧੀ ਜੀ ਨੂੰ ਦੋ, ਸੁਖਪਾਲ ਸਾਡੀ ਇਹ ਬੁਲੰਦ ਆਵਾਜ਼ ਵੀ ਬਣਨਗੇ। ਤੁਹਾਨੂੰ ਇਹਨਾਂ ਦੀ ਆਵਾਜ਼ ਨੂੰ ਪੰਜਾਬ ਦੇ ਵਿੱਚ ਦੇਖਿਆ ਵੀ ਹੈ, ਸੁਣਿਆ ਵੀ ਹੈ। ਅਮਰੂਦ ਨੇ ਤੁਹਾਡਾ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦੀ, ਬਹੁਤ ਬਹੁਤ ਵੱਡਾ ਸ਼ੁਕਰੀਆ, ਅੱਲਾਹ ਹਾਫਿਜ਼, ਜੈ ਹਿੰਦ। ਮੈਡਮ ਜੀ ਦੇ ਵਿਚਾਰ ਬੜੇ ਵਧੀਆ ਢੰਗ ਨਾਲ ਤੁਸੀਂ ਸੁਣੇ। ਮੈਂ ਹੁਣ ਬੇਨਤੀ ਕਰਦਾ ਜਿਹੜੇ ਅੱਜ ਕਾਂਗਰਸ ਪਾਰਟੀ ਦੇ ਅੰਗੀ ਤੇ ਲਾਡੀ ਜੀ, ਤੁਹਾਡੇ ਨਾਲ ਦੋ ਮਿੰਟ ਲਈ ਵਿਚਾਰ ਸਾਂਝੇ ਕਰ ਲਈ। ਸਤਿਕਾਰਯੋਗ ਮੇਰੇ ਸਤਿਕਾਰਯੋਗ ਵੀਰ ਪੈਣਾ ਤੇ ਬੀਬੀਆਂ, ਬਹੁਤ ਹੀ ਸੁਹਾਣਾ ਸਮਾਂ ਅੱਜ ਪਿੰਡ ਦੀ ਸੱਤ ਦੇ ਵਿੱਚ ਬੋਲਣ ਦਾ ਪ੍ਰਾਪਤ ਹੋਇਆ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ। ਮੇਰੇ ਪਿੰਡ ਦੇ ਹਰੇਕ ਬੰਦੇ ਦੇ ਮਨ ਦੇ ਵਿੱਚ ਇੱਕ ਜਹਿਨ ਆ ਵੀ ਇਸਨੇ ਪਾਰਟੀ ਕਿਉਂ ਬਦਲੀ। ਪਾਰਟੀ ਬੰਦਾ ਉਂਝ ਨਹੀਂ ਬਦਲਦਾ, ਜਦੋਂ ਪਾਰਟੀ ਦੇ ਵਿੱਚ ਬੰਦੇ ਨੂੰ ਜਲੀਲ ਕੀਤਾ ਜਾਂਦਾ ਤਾਂ ਪਾਰਟੀ ਬਦਲਦਾ, ਨਹੀਂ ਪਾਰਟੀ ਬਦਲਣ ਦਾ ਕੋਈ ਮਕਸਦ ਨਹੀਂ ਹੁੰਦਾ ਵੀ ਬੰਦਾ ਪਾਰਟੀ ਇੱਕ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚਲਿਆ ਜਾਵੇ। ਉਹਨਾਂ ਆਮ ਆਦਮੀ ਪਾਰਟੀ ਵਾਲੇ ਚੇਅਰਮੈਨ ਨੇ, ਮੈਂ ਇੰਨੀ ਕਹਿੰਦਾ ਸੀ ਕਲਮਜੀਤ ਚੇਅਰਮੈਨ ਬਿਠਾ ਨੇ ਮੈਨੂੰ ਬਹੁਤ ਬਦਨਾਮ ਕੀਤਾ। ਉਹਨੇ ਇਸ ਤੱਕ ਮੈਨੂੰ ਕਹਿ ਦਿੱਤਾ ਕਿ ਤੂੰ ਫੁੱਦੂ ਗੱਲਾਂ ਕਰ, ਤੁਸੀਂ ਮੇਰਾ ਨਗਰ ਸਾਰਾ ਵੇਖਾ, ਮੈਂ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਬੰਦੇ ਨਾਲ ਵੀ ਕੋਈ ਫੁੱਦੂ ਗੱਲ ਕੀਤੀ ਹੋਵੇ ਇੱਕ ਵਾਰੀ ਹੱਥ ਖੜਾ ਕਰਕੇ ਕਹਿ ਦੋ। ਮੈਂ ਤੁਹਾਡੀ ਗੱਲ ਸਹਿਮਤ ਇੱਥੇ ਕਿ ਮੈਂ ਹੱਥ ਦੇ ਵਿੱਚ ਪ੍ਰਵਾਨ ਕਰ ਲਾਂਗਾ, ਕੋਈ ਹੈ ਬੰਦਾ ਵੀ ਜਿਹਦੇ ਲਾਡੀ ਨੇ ਇੱਕ ਵਾਰੀ ਵੀ ਕਿਸੇ ਖਾਤਰ ਫੁੱਦੂ ਗੱਲ ਕੀਤੀ ਹੋਵੇ ਜਾਂ ਮਤਲਬ ਕਿਸੇ ਖਾਤਰ ਮਾੜਾ ਸੋਚਿਆ ਹੋਵੇ ਤਾਂ ਤੋਂ ਹੱਥ ਖੜਾ ਕਰਕੇ ਕੋਈ ਹੈ ਭਾਈ ਮੇਰਾ, ਮੇਰਾ ਦੋਸਤ ਮਿਲ ਵੀ ਦੱਸ ਦੋ ਤਾਂ ਵੀ ਕੋਈ ਚੱਕਰ ਨਹੀਂ, ਜੇ ਕੋਈ ਮੇਰਾ ਦੁਸ਼ਮਣ ਉਹ ਵੀ ਦੱਸ ਦੋ ਤਾਂ ਵੀ ਕੋਈ ਗੱਲ ਨਹੀਂ। ਮੈਂ ਆਪਣੇ ਨਗਰ ਤੇ ਬਹੁਤ ਹੀ ਮਾਣ ਮਹਿਸੂਸ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਵੀ ਬੰਦੇ ਨੇ ਐਸਾ ਹੱਥ ਖੜਾ ਕਰਕੇ ਨਹੀਂ ਕਿਹਾ ਵੀ ਲਾਡੀ ਨੇ ਕੋਈ ਮਾੜੀ ਗੱਲ ਕੀਤੀ ਆ। ਲਾਡੀ ਮੈਂ ਬੁਲਾਰਾ ਤਾਂ ਨਹੀਂ ਹੈਗਾ, ਮੈਂ
ਸਾਰੇ ਨਗਰ ਦਾ ਬਹੁਤ ਹੀ ਧੰਨਵਾਦ ਕਰਦਾ ਔਰ ਇਸ ਬਾਤ ਵਿਚ ਬਹੁਤ ਹੀ ਵਧੀਆ ਆਪਣੇ ਵਿਚਾਰ ਰੱਖੇ, ਸਿੱਧੇ ਸਾਦੇ ਬੰਦੇ ਹੈ। ਬਾਕੀ ਸਤਪਾਲ ਜੀ ਤੇ ਰਿੰਕੂ ਬੱਚਾ, ਉਹ ਤਾਂ ਮੇਰੇ ਲਈ ਵੀ ਰੱਖਦਾ ਰਿਹਾ, ਬਾਕ ਵੀ ਰੱਖਦਾ ਰਿਹਾ, ਉਹਨੇ ਬੜੀ ਮਿਹਨਤਾਂ ਕੀਤੀਆਂ ਨੇ। ਸਤਪਾਲ ਵੀ ਆਪਣਾ ਹੀ ਬੱਚਾ ਹੈ, ਉਹ ਵੀ ਆਪਣੀ ਬਹੁਤ ਮਿਹਨਤ ਕਰਦਾ ਹੈ, ਔਰ ਉਹਨਾਂ ਦਾ ਵੀ ਸਾਰਿਆਂ ਦਾ, ਇਹਨਾਂ ਦਾ ਵੀ ਧੰਨਵਾਦ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਭਾਈ। ਜਿੰਨੀਆਂ ਵੀ ਬੀਬੀਆਂ ਮੇਰੀਆਂ ਬੇਟੀਆਂ ਭੈਣਾਂ ਜਿਹੜੇ ਮੇਰੇ ਨਾਲ ਚੱਲਦੀਆਂ ਨੇ, ਸਭ ਦਾ ਬਹੁਤ ਬਹੁਤ ਧੰਨਵਾਦ। ਸਾਰੀ ਸੁਚੱਜੇ ਬੁਲਾਰਿਆਂ ਤੋਂ ਜੋ ਮੌਕੇ ਤੇ ਦੇਸ਼ ਦੇ ਹਾਲਾਤ ਨੇ ਉਹ ਸੁਣੇ, ਖਾਸ ਤੌਰ ਤੇ ਰਜ਼ੀਆ ਸੁਲਤਾਨਾ ਜੀ ਔਰ ਉਹਨਾਂ ਦੀ ਸਪੁੱਤਰੀ ਨਿਸ਼ਾਦ ਅਖਤਰ, ਜਿਨ੍ਹਾਂ ਨੇ ਬੜੇ ਸਾਦੇ ਸ਼ਬਦਾਂ ਚ ਖਾਸ ਤੌਰ ਤੇ ਆਪਣੇ ਮੁਸਲਿਮ ਭਾਈਚਾਰੇ ਨੂੰ ਵਾਰਨ ਕੀਤਾ, ਉਹਨੂੰ ਆਗਾਹ ਕੀਤਾ ਕਿ ਦੇਸ਼ ਕਿਹੜੇ ਪਾਸੇ ਨੂੰ ਜਾ ਰਿਹਾ ਤੇ ਕਿਹੜਾ ਕਿਹੜਾ ਖਤਰਾ ਘੱਟ ਗਿਣਤੀਆਂ ਦੇ ਸਿਰਾਂ ਦੇ ਉੱਤੇ ਮੰਡਲਾ ਰਿਹਾ ਹੈ। ਮਲੇਰਕੋਟਲੇ ਨੂੰ ਬਖਸ਼ਿਸ਼ ਹੈ, ਇਹ ਬੜਾ ਇੱਕ ਇਤਿਹਾਸਿਕ ਸਥਾਨ ਹੈ, ਸਾਡੇ ਦਸਮ ਪਿਤਾ ਦਾ ਦੀ ਵਰ ਧਰਤੀ ਹੈ। ਸ਼ੇਰ ਮੁਹੰਮਦ ਖਾਨ ਜਿਹਦੇ ਜਿਹੜਾ ਪੁੱਤ ਤੇ ਜਿਹੜਾ ਭਤੀਜਾ ਚਮਕੌਰ ਸਾਹਿਬ, ਜਿਹਦਾ ਭਰਾ ਤੇ ਉਹਦਾ ਭਤੀਜਾ ਚਮਕੌਰ ਸਾਹਿਬ ਵਿੱਚ ਸਿੱਖਾਂ ਦੇ ਉੱਤੇ ਮਾਰਿਆ ਗਿਆ ਸੀਗਾ, ਲੇਕਿਨ ਜਦੋਂ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਮੀਆਂ ਚਿਰਿਆ ਜਾ ਰਿਹਾ ਸੀਗਾ, ਸ਼ੇਰ ਮੁਹੰਮਦ ਖਾਨ ਨੇ ਕਿਹਾ ਵਜ਼ੀਰ ਖਾਨ ਨੂੰ ਕਿ ਤੂੰ ਬਹੁਤ ਵੱਡੀ ਜ਼ਿੰਦਗੀ ਦਾ ਜ਼ੁਲਮ ਕਰਨ ਜਾ ਰਿਹਾ, ਮੈਂ ਇਹਨਾਂ ਸਾਹਿਬਜ਼ਾਦਿਆਂ ਦੇ ਨਾਲ ਆ ਤੇ ਮੈਂ ਹਾਦਾ ਨਾਰਾ ਮਾਰਦਾ। ਲੋਕੋ, ਸਾਰੇ ਦੇਸ਼ ਦਾ ਬਟਵਾਰਾ ਹੋਇਆ, ਕਰੋੜਾਂ ਲੋਕੀ ਪਾਕਿਸਤਾਨ ਤੋਂ ਇੱਧਰ ਆਏ, ਇੱਧਰੋਂ ਉਹ ਆਏ, ਲੇਕਿਨ ਮਲੇਰਕੋਟਲਾ ਜਿਹੜਾ ਹੈ ਉਹ ਅੱਜ ਵੀ ਸਾਡੇ ਸਤਿਕਾਰਕ ਧਰਤੀ ਹੈ ਔਰ ਸਾਡੇ ਮੁਸਲਮਾਨ ਭਰਾ ਸਾਡਾ ਇੱਕ ਅਟੁੱਟ ਅੰਗ ਨੇ। ਇਸੇ ਪਾਸੇ ਦੀਵਾਨ ਟੋਡਰਮੱਲ ਜਦੋਂ ਸਾਹਿਬਜ਼ਾਦਿਆਂ ਦਾ ਸਤਿਕਾਰ ਕਰਨਾ ਸੀਗਾ ਤੇ ਉਹ ਸ਼ਾਹ ਨੇ ਕਿਹਾ ਕਿ ਮੈਂ ਜੇ ਕੋਈ ਕਿਸੇ ਵਿੱਚ ਹਿੰਮਤ ਹੈ ਤਾਂ ਅਸ਼ਰਫੀਆਂ ਏਦਾਂ ਖੜੀਆਂ ਕਰ ਦੋ ਸੋਨੇ ਦੀਆਂ ਤੇ ਮੈਂ ਸਤਿਕਾਰ ਕਰਨ ਦਊਗਾ, ਨਹੀਂ ਤਾਂ ਮੈਂ ਉਹਦਾ ਸਤਿਕਾਰ ਵੀ ਕਰਨ ਦਊਗਾ। ਦੀਵਾਨ ਟੋਡਰਮੱਲ ਜਿਹੜਾ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਹੈ, ਬਹੁਤ ਵੱਡਾ ਦੀਵਾਨ ਹਾਲ ਹੈ। ਦੀਵਾਨ ਟੋਡਰਮੱਲ ਨੇ ਉਸ ਮੁਗਲ ਚਾਲਮ ਨੂੰ ਏਦਾਂ ਅਸ਼ਰਫੀਆਂ ਖੜੀਆਂ ਕਰ ਕਰਕੇ ਅੰਤਰ ਸੰਸਕਾਰ ਦੀ, ਇੱਥੋਂ ਸਾਬਤ ਹੋ ਗਿਆ ਕਿ ਪੰਜਾਬ ਦੇ ਦੇਸ਼ ਦਾ ਮੁਸਲਮਾਨ, ਹਿੰਦੂ ਔਰ ਸਿੱਖ ਇੱਕ ਹੈ। ਮੋਦੀ ਸਾਹਿਬ ਇਹਨਾਂ ਨੂੰ ਵੰਡਿਆ ਨਹੀਂ ਜਾ ਸਕਦਾ, ਤੁਸੀਂ ਜਿਵੇਂ ਮਰਜ਼ੀ ਨਾਰੇ ਲਾ ਲਓ, ਇਹ ਆਪਸ ਵਿੱਚ ਭਾਈਚਾਰਕ ਸਾਥ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਿੱਚ ਕਦੀ ਤੁਸੀਂ ਵੀ ਇਹਨਾਂ ਟੁੱਟੇ ਨਹੀਂ। ਦੋਸਤੋ, ਇਹ ਜਿਹੜੀ ਇਲੈਕਸ਼ਨ ਹੈ ਜਿੱਥੇ ਇਹਨੇ ਦੇਸ਼ ਦੀ ਸਰਕਾਰ ਬਣਾਉਣੀ ਹੈ, ਉੱਥੇ ਸਾਡਾ ਭਵਿੱਖ ਤੈਅ ਕਰਨਾ। ਬੀਜੇਪੀ ਕਲੀਅਰ ਕੱਟ ਇਸ ਏਜੰਡੇ ਤੇ ਹੈ ਕਿ ਅਸੀਂ 140 ਕਰੋੜ ਲੋਕਾਂ ਚੋਂ ਜਿਹਨਾਂ ਦੀ ਮੈਜੋਰਿਟੀ ਵੋਟ ਆ, ਅਸੀਂ ਹਿੰਦੂ ਧਰਮ ਨੂੰ ਆਪਣੇ ਪਾਸੇ ਇਕਾਗ੍ਰਿਤ ਕਰ ਲਈਏ। ਉਹ ਇਕਾਗ੍ਰਿਤ ਤਾਂ ਹੋਣਗੇ ਜੇ ਅਸੀਂ ਮੰਦਿਰ ਦੀ ਗੱਲ ਕਰਾਂਗੇ, ਅਸੀਂ ਮਸਜਿਦ ਦੇ ਖਿਲਾਫ਼ ਬੋਲਾਂਗੇ, ਅਸੀਂ ਪਾਕਿਸਤਾਨ ਦੇ ਖਿਲਾਫ਼ ਬੋਲਾਂਗੇ। ਉਹ ਪੁਲਵਾਮਾ ਦਾ ਇੱਕ ਫਰਜ਼ੀ ਦਾ ਅਟੈਕ ਕਰਤਾ, ਅਸੀਂ ਇਹਨਾਂ ਨੂੰ ਜ਼ਾਤ ਪਾਤ ਤੇ ਵੰਡ ਕੇ ਆਪਸ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਕਰਾਂਗੇ, ਦੰਗੇ ਕਰਾਵਾਂਗੇ। ਯੂਪੀ ਵਿੱਚ ਬੁਲਡੋਜ਼ਰ ਚਲਾ ਕੇ ਬੁਲਡੋਜ਼ਰ ਪੋਲਿਟਿਕਸ ਕੀਤੀ, ਮੁਸਲਮਾਨਾਂ ਦੇ ਘਰ ਚੁਣ ਚੁਣ ਕੇ ਪਾਏ ਗਏ, ਮੁਸਲਮਾਨਾਂ ਦੇ ਖਿਲਾਫ਼ ਦੰਗੇ ਕੀਤੇ ਗਏ ਦੇਸ਼ ਵਿੱਚ। ਔਰ ਇੱਥੇ ਮੁਸਲਮਾਨ ਸਾਡਾ ਇੱਕ ਬੜਾ ਇਹਨਾਂ ਦਾ ਪਾਪੂਲਰ ਲੀਡਰ ਮੁਖਤਾਰ ਅੰਸਾਰੀ, ਉਸ ਜੇਲ੍ਹ ਵਿੱਚ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਹੋਰ ਬਹੁਤ ਅਨੇਕਾਂ ਜ਼ੁਲਮ
ਮੁਸਲਮਾਨ ਭਾਈਚਾਰੇ ਦੇ ਕੀਤੇ ਗਏ ਨੇ, ਲੇਕਿਨ ਬੀਜੇਪੀ ਉਹਦੇ ਵਿੱਚ ਕਾਮਯਾਬ ਨਹੀਂ ਹੋਈ, ਕਿਉਂਕਿ ਸਾਡੇ ਦੇਸ਼ ਵਿੱਚ ਬਹੁਤ ਅੱਛੇ ਹਿੰਦੂ ਭਾਈਚਾਰਾ ਵੀ ਹੈ, ਬਹੁਤ ਸਾਰੇ ਬੰਦ ਕਰ ਸਕਦੇ ਪਹਿਲੀ ਕਰਾਊਡ ਵਾਲੀ ਰੱਖਣਾ ਸਰ ਦੋਸਤੋ ਮੈਂ ਕਹਿ ਰਿਹਾ ਸੀਗਾ ਕਿ ਅੱਜ ਇਹ ਜਿਹੜੀ ਇਲੈਕਸ਼ਨ ਹੈ ਇਹ ਬੜੀ ਇੱਕ ਖਤਰਨਾਕ ਮੋੜ ਮੋੜਦਾ ਇੰਡੀਆ। ਤੁਹਾਡੇ ਕੋਲ ਦੋ ਕੱਚ ਤੋਂ ਪੇਸ਼ ਹੋ ਰਹੇ ਨੇ, ਇੱਕ ਜਿਹੜਾ ਕਿ ਬੀਜੇਪੀ ਦਾ ਮੋਦੀ ਸਾਹਿਬ ਦਾ, ਜਿਹਨਾਂ ਨੂੰ ਆਪਾਂ 10 ਸਾਲ ਉਹਨਾਂ ਦਾ ਦੇਖ ਲਿਆ ਕਾਰਜਸ਼ੈਲੀ ਕਿਸ ਢੰਗ ਦੇ ਨਾਲ ਉਹਨਾਂ ਨੇ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਢਾਏ, ਪੰਜਾਬ ਦੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਖੱਜਲ ਖੁਆਰ ਕੀਤਾ। 3 ਸਾਲ ਪਹਿਲਾਂ 1.5 ਲੱਖ ਆਦਮੀ ਉੱਥੇ ਦਿੱਲੀ ਦੀ ਗੁਰਬਾਂ ਦੇ ਬੈਠਾ, ਪਹਿਲਾਂ ਲੰਘਣ ਨਹੀਂ ਸੀ ਦਿੰਦੇ, ਅਸੀਂ ਧੱਕੇ ਨਾਲ ਕੁੱਟ ਖਾਂਦੇ ਖੂੰਦੇ ਲਤਾੜਦੇ ਹੋਏ ਦਿੱਲੀ ਪਹੁੰਚ ਗਏ। 1.5 ਸਾਲ ਉਹ ਬੈਠੇ ਨੇ ਉੱਥੇ, 750 ਮਰ ਗਿਆ ਕਿਸਾਨ ਤੇ ਖੇਤ ਮਜ਼ਦੂਰ, ਇੱਕ ਵੀ ਗੱਲ ਨਹੀਂ ਬਣਦੀ ਕਿਸਾਨਾਂ ਦੀ। ਔਰ ਦੋਸਤੋ ਹੈਰਾਨੀ ਦੀ ਗੱਲ ਆ ਕਿ ਭਾਰਤ ਕਿਸਾਨਾਂ ਦਾ ਦੇਸ਼ ਹੈ, ਖੇਤ ਮਜ਼ਦੂਰਾਂ ਦਾ ਦੇਸ਼ ਆ। 60-65% ਭਾਰਤ ਤੇ ਪੰਜਾਬ ਪਿੰਡਾਂ ਚ ਵਸਦੇ ਨੇ, ਲੇਕਿਨ ਬੀਜੇਪੀ ਉਹਨਾਂ ਦੀ ਪਰਵਾਹ ਕੋਈ ਨਹੀਂ। ਇਸ ਕਰਕੇ ਇਹ ਜਿਹੜੇ ਇਲੈਕਸ਼ਨ ਇੱਕ ਪਾਸੇ ਉਹਨਾਂ ਦਾ ਗਠਜੋੜ ਆ, ਅੱਜ ਵੀ ਉਹਨਾਂ ਨੇ ਆਪਾਂ ਨੂੰ ਛੱਪੂ ਬੈਰੀਅਰ ਦੇ ਵਿੱਚ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਘੱਗਰ ਦਰਿਆ ਦੇ ਉੱਤੇ ਸਾਡੇ ਕਿਸਾਨਾਂ ਨੂੰ ਕੁੱਟਿਆ, ਟਰੈਕਟਰ ਭੰਨੇ, ਸ਼ੁਕਰ ਮਾਰ ਦਿੱਤਾ। ਇਹ ਫਰੀਦਪਾਲ ਕਿਸਾਨ ਕਨੌਲੀ ਤੋਂ ਚੱਕ ਕੇ ਗੋਲੀਆਂ ਪਾ ਕੇ ਉਹਦੀਆਂ ਲੱਤਾਂ ਬਾਹਾਂ ਪਸਲੀਆਂ ਆ ਮੂੰਹ ਦੇ ਚਵਾੜੇ ਤੋੜ ਦਿੱਤੇ। ਉਹ ਇੱਥੇ ਨਵਾਂ ਗਾਉਂ ਪਿੰਡ ਨਹਿਰੂ ਦੇ ਪਿਆਰ ਬਦਲ ਕਰ ਗਿਆ। ਉਹ ਕਹਿੰਦਾ ਖਿਆਲ ਸਾਹਿਬ ਮੈਂ 4 ਮਹੀਨੇ ਹੋ ਗਏ, ਮੇਰਾ ਇੰਨਾ ਜਿਸਮ ਤੋੜ ਦਿੱਤਾ ਕਿ ਮੈਂ ਪਾਸਾ ਵੀ ਨਹੀਂ ਲੈ ਸਕਦਾ। ਇਹ ਸਰਕਾਰ ਇੱਕ ਪਾਸੇ, ਦੂਜੇ ਪਾਸੇ ਕਾਂਗਰਸ ਪਾਰਟੀ ਦਾ ਜਿਹੜਾ ਇੰਡੀਆ ਗਠਜੋੜ, ਜਿਹੜਾ
ਸਾਰੀਆਂ ਧਰਮ ਨਿਰਪੱਖ ਪਾਰਟੀਆਂ ਮਮਤਾ ਬੈਨਰਜੀ, ਸ਼ਰਦ ਪਵਾਰ ਔਰ ਐਸਪੀ ਸਮਾਜਵਾਦੀ ਪਾਰਟੀ, ਲਾਲੂ ਪ੍ਰਸ਼ਾਦ ਯਾਦਵ ਦੀ ਪਾਰਟੀ, ਮਹਾਰਾਸ਼ਟਰ ਸ਼ਿਵ ਸੇਨਾ ਦੀ ਪਾਰਟੀ, ਸਾਰਾ ਇੱਕ ਬੜਾ ਵੱਡਾ ਗੱਠਜੋੜ ਦੇ ਵਿੱਚ ਜੰਮੂ ਕਸ਼ਮੀਰ ਦੀਆਂ ਪਾਰਟੀਆਂ ਵੀ ਸ਼ਾਮਿਲ ਹਨ। ਇੱਕ ਪਾਸੇ ਉਹ ਜਿਹੜਾ ਲੋਕਾਂ ਨੂੰ ਇਹ ਵਿਸ਼ਵਾਸ ਪਾਉਂਦਾ ਕਿ ਅਸੀਂ ਸਾਰੇ ਧਰਮਾਂ ਨੂੰ ਇੱਕ ਆਜ਼ਾਦ ਸਾਹ ਲੈਣ ਦਾ ਮੌਕਾ ਦੇਵਾਂਗੇ, ਆਪਣੇ ਆਪਣੇ ਧਰਮ ਜੋ ਹੈ ਉਹ ਪ੍ਰੈਕਟਿਸ ਕਰੇ, ਅਸੀਂ ਉਹਦੇ ਧਰਮ ਵਿੱਚ ਮੁਦਾਖਲਤ ਵੀ ਕਰਾਂਗੇ ਤੇ ਸਾਰਿਆਂ ਨੂੰ ਮਹਿਫੂਜ਼ ਰੱਖਾਂਗੇ, ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਗਰੀਬਾਂ ਵਾਸਤੇ ਅਸੀਂ ਕਈ ਸਕੀਮਾਂ ਨਰੇਗਾ ਵਗੈਰਾ ਬਹੁਤ ਸਾਰੇ ਉਹਨਾਂ ਨੇ ਪੇਸ਼ ਕੀਤੀਆਂ ਨੇ। ਆਪਾਂ ਚੁਣਨਾ ਹੈ ਪਿਛਲੇ 10 ਸਾਲਾਂ ਵਿੱਚ ਮੋਦੀ ਔਰ ਬੀਜੇਪੀ ਸਰਕਾਰ ਨੇ ਅਮੀਰਾਂ ਦਾ, ਸੁਣਨ ਵਾਲੀ ਗੱਲ ਹੈ, ਇਹ ਲੋਕ ਸਭਾ ਦੇ ਅੰਕੜੇ ਨੇ, ਅਮੀਰਾਂ ਦਾ 15 ਲੱਖ ਕਰੋੜ ਰੁਪਇਆ ਬੈਂਕਾਂ ਦਾ ਮਾਫ ਕੀਤਾ ਵਾ। 15 ਲੱਖ ਕਰੋੜ ਕਿਹਨਾਂ ਦਾ ਕੀਤਾ? ਅਡਾਨੀਆਂ ਦਾ, ਅੰਬਾਨੀਆਂ ਦਾ, ਟਾਟਿਆਂ ਦਾ, ਬਿਰਲਿਆਂ ਦਾ, ਮਹਿੰਦਰਿਆਂ ਦਾ, ਅਮੀਰ ਆਦਮੀਆਂ ਦਾ, ਚੰਦ ਸੈਂਕੜੇ ਕੰਪਨੀਆਂ ਜਿਹਨਾਂ ਦਾ ਕਰਜ਼ਾ ਸੀਗਾ। ਅੱਜ ਤੁਸੀਂ ਲੋਕ ਬੈਠੇ ਹੋ ਖੇਤ ਕਰਨ ਵਾਲੇ, ਗੁਰੂ ਨਾਨਕ ਦੇ ਫਲਸਫੇ ਨਾਲ ਦਸਾਂ ਰੋਹਾਂ ਦੀ ਖੇਤ ਕਰਨ ਵਾਲੇ, ਪੰਜਾਬ ਦੇ ਲਗਭਗ 14-15 ਲੱਖ ਕਿਸਾਨਾਂ, ਖੇਤ ਮਜ਼ਦੂਰਾਂ, ਬੇਜ਼ਮੀਨਾਂ ਦਾ ਕਰਜ਼ਾ ਕਿੰਨਾ ਹੈ? 1 ਲੱਖ ਕਰੋੜ, 15 ਗੁਣਾ ਘੱਟ, 14-15 ਲੱਖ ਟੱਪਦਾ ਹੈ ਸਾਡਾ ਕਰਜ਼ਾ ਮਾਫ਼ ਕੀਤਾ। ਇੱਕ ਤੋਂ ਸਾਫ਼ ਹੋ ਗਿਆ ਕਿ ਉਹ ਪਿੰਡਾਂ ਦੇ ਉਲਟ ਹੈ, ਉਹ ਕਿਸਾਨਾਂ ਦੇ ਉਲਟ ਹੈ, ਉਹ ਕਿਰਤੀਆਂ ਦੇ ਖਿਲਾਫ਼ ਦਾ, ਉਹ ਕਾਮਿਆਂ ਦੇ ਖਿਲਾਫ਼ ਦਾ। ਇਸ ਕਰਕੇ ਸਾਡਾ ਫਰਜ਼ ਪੰਜਾਬ ਦਾ ਪਹਿਲੇ ਨੰਬਰ ਤੇ ਬਣਦਾ ਜਿਸ ਬੀਜੇਪੀ ਕੇਂਦਰ ਦੀ ਸਰਕਾਰ ਨੂੰ ਚੰਗਾ ਕਰੀਏ। ਦੂਸਰਾ ਫਰਜ਼ ਇਸ ਕਰਕੇ ਕਿ ਇਹਨਾਂ ਨੇ ਕਾਸ਼ਮੀਰ ਤੇ ਬੜੇ ਹਮਲੇ ਕੀਤੇ, ਜੰਮੂ ਕਸ਼ਮੀਰ ਬਹੁਤ ਸੇਕ ਹੈ ਜਿੱਥੇ ਮੁਸਲਮਾਨਾਂ ਨੂੰ ਵੀ ਰਾਜ ਕਰਨ ਦਾ ਮੌਕਾ ਮਿਲਦਾ, ਜਿਵੇਂ ਕਿ ਸਿੱਖਾਂ ਨੂੰ ਪੰਜਾਬ ਦੇ ਵਿੱਚ ਰਾਜ ਕਰਨ ਦਾ ਮੌਕਾ ਮਿਲਦਾ। ਮੋਦੀ ਸਾਹਿਬ ਨੇ ਜਦੋਂ ਆਜ਼ਾਦੀ ਤੋਂ ਬਾਅਦ ਉਹ ਕਸ਼ਮੀਰ ਦਾ ਮੁਸਲਮਾਨ ਪਾਕਿਸਤਾਨ ਨਾਲ ਵੀ ਜਾ ਸਕਦਾ ਸੀਗਾ, ਹੁਣ ਇੱਧਰ ਵੀ ਆ ਸਕਦਾ ਸੀ। ਅੰਗਰੇਜ਼ਾਂ ਨੇ ਦੋਨੋਂ ਆਪਸ਼ਨ ਦਿੱਤੀਆਂ ਕਿ ਤੁਹਾਡੀ ਮਰਜ਼ੀ ਹੈ, ਲੇਕਿਨ ਉਸ ਵਕਤ ਕਸ਼ਮੀਰ ਦੇ ਲੋਕਾਂ ਨੇ ਔਰ ਜੰਮੂ ਦਾ ਜਿਹੜਾ ਰਾਜਾ ਸੀਗਾ ਉਹਨਾਂ ਨੇ ਭਾਰਤ ਦੇ ਨਾਲ ਸਮਝੌਤਾ ਕੀਤਾ, ਬਕਾਇਦਾ ਲਿਖਤੀ। ਅੱਜ ਕੱਲ 370 ਕਾਨੂੰਨ ਦੀ ਸੰਵਿਧਾਨ ਦੀ ਗਰੰਟੀ ਵਿੱਚ ਪਾਇਆ ਗਿਆ ਕਿ ਇਹਨਾਂ ਨੂੰ ਵਿਸ਼ੇਸ਼ ਸੁਵਿਧਾਵਾਂ, ਵਿਸ਼ੇਸ਼ ਦਰਜਾ ਰਹੇਗਾ। ਕਸ਼ਮੀਰ ਦਾ ਝੰਡਾ ਤੇ ਭਾਰਤ ਦਾ ਝੰਡਾ ਦੋਨੋਂ ਇਕੱਠੇ ਲਹਿਰਾਉਂਦੇ ਸੀਗੇ, ਔਰ ਕੋਈ ਕਾਨੂੰਨ ਪਾਰਲੀਮੈਂਟ ਬਣਾਵੇਗੀ ਉਹ ਤਦ ਤੱਕ ਲਾਗੂ ਤੇ ਹੋਏਗਾ ਜੰਮੂ ਕਸ਼ਮੀਰ ਤੱਕ, ਜਦੋਂ ਤੱਕ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਉਹਨੂੰ ਆਗਿਆ ਨਹੀਂ ਦੇਵੇਗੀ। ਬਹੁਤ ਸਾਰੇ ਕਾਨੂੰਨ ਬਣੇ ਦੇਸ਼ ਵਿੱਚ, ਲੇਕਿਨ ਉਹਨਾਂ ਨੇ ਅਪਣਾਏ ਨਹੀਂ, ਉੱਥੇ ਜੰਮੂ ਕਸ਼ਮੀਰ ਲਾਗੂ ਨਹੀਂ ਹੋਏ। ਲੇਕਿਨ ਮੋਦੀ ਸਾਹਿਬ ਨੇ ਬੀਜੇਪੀ ਨੇ ਦੇਸ਼ ਦੇ ਬਹੁਤ ਗਿਣਤੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਿ ਅਸੀਂ ਮੁਸਲਮਾਨਾਂ ਦੇ ਤਸ਼ੱਦਦ ਕਰ ਰਹੇ ਹਾਂ, ਜੰਮੂ ਕਸ਼ਮੀਰ ਦੇ ਦੋ ਟੁਕੜੇ ਕਰ ਦਿੱਤੇ, ਯੂਨੀਅਨ ਟੈਰੀਟਰੀ ਬਣਾਤੀ, ਚੰਗਾ ਭਲਾ ਸੂਬਾ। ਇੱਥੋਂ ਸਮਝ ਲਓ ਕਿ ਪੰਜਾਬ ਦੇ ਲੋਕਾਂ ਨੂੰ ਸੁਣਿਆ ਹੈ ਬੀਜੇਪੀ ਦਾ ਕਿ ਜੇ ਤੁਸੀਂ ਜ਼ਿਆਦਾ ਉੱਭਰ ਕੇ ਦਿੱਲੀ ਦੇ ਤਖ਼ਤ ਦਾ ਵਿਰੋਧ ਕਰੋਗੇ, ਅਸੀਂ ਪੰਜਾਬ ਨੂੰ ਦੋ ਟੋਟੇ ਕਰਕੇ, ਤਿੰਨ ਟੋਟੇ ਕਰਕੇ ਇਹਨੂੰ ਯੂਪੀ ਬਣਾ ਦਾਂਗੇ। ਮੈਂ ਅਕਾਲੀਆਂ ਦੇ ਹਵਾਲ ਸੁਖਬੀਰ ਸਿੰਘ ਬਾਦਲ ਤੇ ਉਹਦਾ ਕਹਿੰਦੇ ਅਸੀਂ ਵਾਧਨ ਘਰ ਚਾਹੀਦੇ ਨੇ ਸਟੇਟਾਂ ਨੂੰ, ਫੈਡਰਲ ਢਾਂਚਾ ਚਾਹੀਦਾ ਵਾ। ਇੱਥੇ ਤੁਹਾਡੇ ਇਲਾਕੇ ਜੰਮੂ ਕਸ਼ਮੀਰ ਦੇ ਦੋ ਟੋਟੇ ਕੀਤੇ ਗਏ, ਤੁਸੀਂ ਬੀਜੇਪੀ ਨੂੰ ਵੋਟ ਪਾਈ ਆ। ਇਸੇ ਕਰਕੇ ਮੇਰੇ ਵੀਰੋ ਜਿਹੜੇ ਚੰਗੇ ਅਕਾਲੀ ਪੰਜਾਬ ਦੇ ਉਹਨਾਂ ਦਾ ਸਾਥ ਛੱਡ ਗਏ ਨੇ, ਉਹਨਾਂ ਨੂੰ ਪਤਾ ਕਿ ਇਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ। ਇਸ ਕਰਕੇ ਉਹ ਜਿਹੜਾ ਆਹ ਗੱਲ ਜ਼ਿਕਰ ਕੀਤੀ ਨਿਸ਼ਾਦ ਜੀ ਨੇ
ਕਿ ਯੂਨੀਫਾਰਮ ਸਿਵਲ ਕੋਡ ਇਹ ਕੀ ਹੈ? ਇਹ ਮਤਲਬ ਇਹਦਾ ਹੈ ਕਿ ਕੱਲ ਨੂੰ ਬਲਕੇ ਲਾਗੂ ਹੋ ਗਿਆ ਉੱਤਰਾਖੰਡ ਵਿੱਚ ਬੀਜੇਪੀ ਨੇ ਕਰਤਾ ਕਿ ਕੱਲ ਨੂੰ ਇੱਕ ਦੇਸ਼ ਵਿੱਚ ਜਿਵੇਂ ਉਹਨਾਂ ਨੇ ਕਹਿਣਾ ਕਿ ਇੱਕ ਦੇਸ਼ ਇੱਕ ਟੈਕਸ GST ਏਦਾਂ ਕਹਿੰਦੇ ਕਿ ਇੱਕ ਦੇਸ਼ ਇੱਕ ਭਾਸ਼ਾ ਇੱਕ ਦੇਸ਼ ਇੱਕ ਧਾਰਮਿਕ ਕਾਨੂੰਨ ਮੁਸਲਮਾਨਾਂ ਦੇ ਕੋਲ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ 1937 ਦਾ ਕਾਨੂੰਨ ਹੈ ਇਹ ਮੁਸਲਿਮ ਪਰਸਨਲ ਲਾਅ ਸ਼ਰੀਆ ਉਹਦੇ ਚ ਇਹਨਾਂ ਦਾ ਕਿਸ ਤਰ੍ਹਾਂ ਸ਼ਾਦੀ ਹੋਣੀ ਹੈ ਨਿਕਾਹ ਤਲਾਕ ਕਿਵੇਂ ਹੋਣਾ ਪ੍ਰਾਪਰਟੀ ਕਿੱਦਾਂ ਵੰਡੀ ਜਾਣੀ ਆ ਇਹਨਾਂ ਦਾ ਹਿਜਾਬ ਪਹਿਨਣਾ ਕਿ ਨਹੀਂ ਪਹਿਨਣਾ ਇਹ ਮੁਸਲਮਾਨਾਂ ਨੂੰ ਸਪੈਸ਼ਲ ਛੋਟ ਹੈ। ਤੇ ਸਿੱਖਾਂ ਨੂੰ ਕਹਿਣਾ ਚਾਹੁੰਦਾ ਆਪਾਂ ਜਿਹੜਾ ਆਨੰਦ ਕਾਰਜ ਕਰਦੇ ਹਾਂ ਨਾ ਇਹ ਹਲੇ ਆਪਾਂ ਹਿੰਦੂ ਮੈਰਿਜ ਐਕਟ ਥੱਲੇ ਕਰਦੇ ਹਾਂ। ਤੁਸੀਂ ਗੁਰਦੁਆਰਾ ਸਾਫ਼ ਕਰ ਸਕਦੇ ਹੋ ਤੁਹਾਨੂੰ ਗੁਰਦੁਆਰੇ ਤੋਂ ਸਰਟੀਫਿਕੇਟ ਵੀ ਮਿਲ ਜਾਂਦਾ ਪਰ ਜੇ ਤੁਸੀਂ ਅਦਾਲਤ ਵਿੱਚ ਜਾ ਕੇ ਵਿਆਹ ਰਜਿਸਟਰ ਕਰਨਾ ਉਹ ਹਿੰਦੂ ਮੈਰਿਜ ਐਕਟ ਵਿੱਚ ਹੁੰਦਾ ਹਿੰਦੂ ਸਾਡੇ ਅਕੀਲ ਨੇ ਮੈਂ ਨਹੀਂ ਕਹਿੰਦਾ ਲੇਕਿਨ ਹਰ ਧਰਮ ਜਦੋਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਨੇ ਉਹ 1699 ਵਿੱਚ ਖੰਡੇ ਪਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਤਿਆਰ ਕਰਕੇ ਖਾਲਸਾ ਸਜਾਤਾ ਅਸੀਂ ਤਾਂ ਉਦੋਂ ਇੱਕ ਅਲੱਗ ਧਰਮ ਹੋ ਗਏ ਸੀਗੇ ਕਿਸੇ ਨੂੰ ਇਕੱਠੇ ਦਾ ਧਰਮ ਇਹ ਨਹੀਂ ਕਿਹਾ ਜਾ ਸਕਦਾ। ਲੇਕਿਨ ਅਗਰ ਬੀਜੇਪੀ ਰਹਿ ਗਈ ਤੇ ਆਪਣਾ ਆਨੰਦ ਮੈਰਿਜ ਐਕਟ ਜਿਹੜਾ ਅਸੀਂ ਬਣਾਉਣਾ ਚਾਹੁੰਦੇ ਪਾਰਲੀਮੈਂਟ ਵਿੱਚ ਡਾਕਟਰ ਗਾਂਧੀ ਨੇ ਬਿੱਲ ਪੇਸ਼ ਕੀਤਾ ਮੇਰੇ ਵਿਰੋਧ ਪਟਿਆਲੇ ਜਿਹੜੇ MP ਸੀਗੇ ਹਲੇ ਪ੍ਰਵਾਨ ਨਹੀਂ ਹੋਇਆ ਤੇ ਗਾਹ ਪ੍ਰਵਾਨ ਕੀ ਹੋਇਆ ਉਹ ਤਾਂ ਮੁਸਲਮਾਨਾਂ ਦੇ ਖੋਲ ਨੂੰ ਫਿਰਦੇ ਨੇ ਤੇ ਅਸੀਂ ਘੱਟ ਗਿਣਤੀਆਂ ਦੇ ਉੱਤੇ ਬਹੁਤ ਖਤਰੇ ਦੇ ਬੱਦਲ ਮੰਡਲਾ ਰਹੇ ਨੇ। ਇੱਕ ਤਾਂ ਇਹ ਗੱਲ ਹੋ ਗਈ ਦੂਸਰਾ ਕੰਮ ਇਹਨਾਂ ਨੇ ਸਿਟੀਜ਼ਨ ਅਮੈਂਡਮੈਂਟ ਐਕਟ ਜਿਹੜਾ ਕਿਹਾ ਨਾ ਇਹਨਾਂ ਨੇ ਰਸ਼ੀਆ ਜੀ ਨੇ ਇਹ ਬੜੀ ਖਤਰਨਾਕ ਗੱਲ ਹੈ ਉਹਨਾਂ ਨੇ ਧਰਮਾਂ ਦੇ ਨਾਮ ਲਈ ਦਿੱਤੇ ਨੇ ਸੰਵਿਧਾਨ ਦੇ ਵਿੱਚ ਜਿਹੜੀ ਉਹਨਾਂ ਨੇ ਕੀਤੀ ਆ ਅਮੈਂਡਮੈਂਟ ਤਬਦੀਲੀ ਕੀਤੀ ਉਹਦੇ ਨਾਮ ਲਈ ਦਿੱਤੇ ਨੇ ਕਿ ਇਹਨਾਂ ਧਰਮਾਂ ਦੇ ਕਾਗਜ਼ ਚੈੱਕ ਕੀਤੇ ਜਾਣਗੇ ਔਰ ਅਗਰ ਇਹ ਦੁਬਾਰਾ ਬਣ ਗਏ ਕੋਈ ਵੱਡੀ ਗੱਲ ਨਹੀਂ ਕਿ ਬਹੁਤ ਵੱਡੀ ਤਾਦਾਦ ਵਿੱਚ ਇਹ ਕੋਸ਼ਿਸ਼ ਕਰਨਗੇ ਕਿ ਮੁਸਲਮਾਨਾਂ ਨੂੰ ਇਸ ਭਾਰਤ ਦੇਸ਼ ਤੋਂ ਕੱਢਿਆ ਜਾਵੇ। ਸਾਡਾ ਭਾਈਚਾਰਾ ਤੋੜਨ ਤੋਂ ਉਤਰੀ ਹੋਈ ਆ ਇਸ ਕਰਕੇ ਇੱਕ ਤਾਂ ਇਹ ਤੁਸੀਂ ਗੱਲ ਨੋਟ ਕਰ ਲਈ। ਦੂਸਰਾ ਸਾਰੇ ਦੇਸ਼ ਵਿੱਚ ਇੱਕ ਤਾਨਾਸ਼ਾਹ ਰਾਜ ਚੱਲ ਰਿਹਾ ਬੀਜੇਪੀ ਦਾ ਲੇਕਿਨ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ ਵਿੱਚ ਦੋ ਤਾਨਾਸ਼ਾਹੀਆਂ ਚੱਲ ਰਹੇ ਆਪਾਂ ਇੱਕ ਉਹਨਾਂ ਦੀ ਇੱਕ ਜਿਹੜੇ 92 ਮੂਰਖ ਆਪਾਂ ਛੋੜ ਲਏ ਤੇ ਉਹਨਾਂ ਦੀ ਬੋਲੀ ਬੋਲਦੇ ਨੇ ਮੇਰੇ ਵੀਰੋ ਉਹਨਾਂ ਦਾ ਏਜੰਡਾ ਕੈਰੀ ਆਊਟ ਕਰਦੇ ਨੇ। ਦੋ ਮੁੱਦਿਆਂ ਤੇ ਤੁਹਾਨੂੰ ਬਣਾ ਸਕਦਾ ਕਿ ਸਾਂਝਾ ਆਪਰੇਸ਼ਨ ਹੈ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ ਪਹਿਲਾ ਕਿਸਾਨਾਂ ਦਾ ਜ਼ਿਕਰ ਕੀਤਾ ਉਹ ਸਾਡੀ ਧਰਤੀ ਦੇ ਅੰਦਰ ਘੱਗਰ ਦਰਿਆ ਦੇ ਉੱਤੇ ਵੜੇ ਨੇ ਉੱਥੋਂ ਸਾਨੂੰ ਕੁੱਟਿਆ ਉੱਥੋਂ ਸਾਡਾ ਨੌਜਵਾਨ ਮਾਰਿਆ ਉੱਥੋਂ ਸਾਡਾ ਕੋਈ ਵਾਲਾ ਚੱਕੇ ਲੈ ਗਏ ਕ੍ਰਿਪਾਲ ਪਰਮਾਤਮਾ ਨੇ ਕੋਈ ਪਰਚਾ ਨਹੀਂ ਦਰਜ ਕੀਤਾ ਜਿਹੜਾ ਮਤਲਬ ਉਹਨਾਂ ਦਾ ਜੁਆਇੰਟ ਆਪਰੇਸ਼ਨ ਸੀਗਾ। ਦੂਜਾ ਜਿਹੜਾ ਸਾਡੇ ਨੌਜਵਾਨਾਂ ਨੂੰ ਇੰਨੇ ਸਜਾ ਕੇ ਜੰਮੂ ਡਿਬਰੂਗੜ੍ਹ ਦੀਆਂ ਆਸਾਮ ਦੀਆਂ ਜੇਲਾਂ ਵਿੱਚ ਭੇਜਤਾ ਉਹਦੇ ਵਿੱਚ ਲਾਇਆ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਲੇਕਿਨ ਲਗਵਾਇਆ ਬੀਜੇਪੀ ਨੇ ਆ ਕਿਉਂਕਿ ਬੀਜੇਪੀ ਦਾ ਇਸ ਦੇਸ਼ ਵਿੱਚ ਕੋਈ ਬੋਲਦਾ ਦੇਸ਼ ਵਿੱਚ ਆਹ ਲਿਖਾਰੀ ਵਿਚਾਰੇ ਅੰਦਰ ਕੀਤੇ ਹੋਏ ਨੇ ਜਵਾਬਾਂ ਦੇ ਮੈਸੇਜ ਲਾ ਕੇ ਮਨੁੱਖੀ ਅਧਿਕਾਰਾਂ ਦੇ ਐਕਟਿਵਿਸਟ ਚੰਗੇ ਚੰਗੇ ਪੜ੍ਹੇ ਲਿਖੇ ਲੋਕ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਧੱਕ ਕੇ ਔਰ ਸਾਡੇ ਨੌਜਵਾਨਾਂ ਨੂੰ ਜਿਹੜਾ ਉਹਨਾਂ ਨੇ ਕਰਵਾਇਆ ਕੇਜਰੀਵਾਲ ਨੇ ਦਿੱਲੀ ਦੇ ਹੱਲ ਕੇ ਕਿਹਾ ਜਦੋਂ ਭਾਈ ਅਗਰਵਾਲ ਅਰੈਸਟ ਕਰਕੇ ਆਸਾਮ ਲੈ ਕੇ ਗਏ ਕਿ ਦਿੱਲੀ ਨੇ ਹਮਾਰੀ ਮਦਦ ਮੰਗੀ ਹਮਨੇ ਦਿੱਲੀ ਕੋ ਮਦਦ ਦੀ ਦਿੱਲੀ ਦੁਬਾਰਾ ਮਦਦ ਮੰਗੇਗਾ ਹਮ ਦਿੱਲੀ ਕੋ ਦੁਬਾਰਾ ਮਦਦ ਦੇਂਗੇ ਜਿਹੜਾ ਅਗਰ ਤੁਸੀਂ ਪੰਜਾਬ ਦੇ ਹੋਏਗਾ ਔਰ ਪਾਣੀ ਨਾਲ ਕੋਈ ਵੀ ਨਹੀਂ ਬੋਲਿਆ ਅੱਜ ਰਾਜ ਸਭਾ ਦੇ ਮੈਂਬਰ ਬਣਾ ਕੇ ਉੱਤੇ ਕੋਈ ਵੀ ਨਹੀਂ ਬੋਲਿਆ ਆ ਇਹਨਾਂ ਦੀ ਮੇਰੇ ਵੀਰੋ ਪੰਜਾਬ ਦੀ ਸਰਕਾਰ ਦੀ ਕਰਤੂਤ ਹੈ। ਇਸ ਕਰਕੇ ਤੁਸੀਂ ਸਭ ਨੇ ਸਮਝਣਾ ਵਾ ਕਿ ਅਸੀਂ ਦੋਹਰੀ ਮਾਰ ਚੱਲ ਰਹੇ ਹਾਂ
ਅੱਜ 2 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਸੰਗਰੂਰ ਦਾ ਮੁੱਖ ਮੰਤਰੀ ਹੋਵੇ ਤੇ ਧੂਰੀ ਮਿਲ ਦੀ ਧੂਰੀ ਦੀ ਖੰਡ ਮਿਲ ਬੰਦ ਹੋ ਜਾਵੇ 13 ਕਰੋੜ ਰੁਪਇਆ ਨਾ ਦਵਾ ਸਕੇ ਮਲੇਰਕੋਟਲਾ ਤੇ ਮਸਤੂਆਣਾ ਸਾਹਿਬ ਵਿੱਚ ਮੈਡੀਕਲ ਕਾਲਜ ਦੇ ਨੀਂਹ ਪੱਥਰ ਰੱਖੇ ਹੋਣ ਤੇ ਨੀਂਹ ਪੱਥਰ ਹੀ ਰਹਿ ਜਾਣ ਇੱਕ ਵੀ ਇੱਥੇ ਨਾ ਆ ਸਕੇ ਲਾਲੂ ਦੇਗਾ ਦੇ ਚੀਫ ਮਿਨਿਸਟਰ ਦੇ ਕਈ ਮਿਨਿਸਟਰ ਨੇ ਕਿਸੇ ਪਿੰਡ ਵਿੱਚ ਕੋਈ ਕੰਮ ਨਹੀਂ ਹੋਇਆ ਕਿਤੇ ਕੋਈ ਸੀਵਰੇਜ ਨਹੀਂ ਪਿਆ ਕਿਤੇ ਕੋਈ ਪਾਰਕ ਨਹੀਂ ਬਣਿਆ ਕਿਸੇ ਜਗ੍ਹਾ ਤੇ ਪਿੰਡ ਦੇ ਵਿੱਚ ਕੋਈ ਹੋਰ ਅੱਛਾ ਕੰਮ ਨਹੀਂ ਹੋਇਆ ਤੁਹਾਡੇ ਸਰਪੰਚ ਸਾਹਿਬ ਲਾਲੀ ਜੀ ਨੇ ਸਾਰਾ ਕੁਛ ਸੁਣਾਤਾ ਕਿ ਕਿੰਨਾ ਪੈਸਾ ਲੱਗਿਆ ਕਾਂਗਰਸ ਦੇ ਵੇਲੇ ਦੱਸੋ ਮੈਨੂੰ ਆਪਾਂ ਸਰਕਾਰ ਕਦੇ ਨਹੀਂ ਬਣਾਉਣੇ ਆ ਚੁਟਕਲੇ ਸੁਣਾਉਣ ਲਈ ਮਜ਼ਾਕ ਕਰਨ ਲਈ ਛੇੜਾ ਕਰਨ ਲਈ ਵਿਰੋਧੀਆਂ ਨੂੰ ਫੜਨ ਵਾਸਤੇ ਇਹਨਾਂ ਨੇ ਪਿਛਲੇ 2 ਸਾਲ ਤੇ ਔਰ ਸਾਡੇ ਸਦਾ ਕੀ ਕਹਿੰਦੇ ਨੇ ਕਾਂਗਰਸੀ ਬੜੇ ਮਾੜੇ ਅਕਾਲੀ ਬੜੇ ਮਾੜੇ 70 ਸਾਲਾਂ ਚ ਕੁਛ ਨੀ ਕੀਤਾ ਭਗਵਾਨ ਮੈਂ ਤੈਨੂੰ ਚੁਣੌਤੀ ਦੇਣਾ ਤੂੰ ਮੈਨੂੰ 5 ਕੰਮ ਕਰਾ ਦੇ ਪੰਜਾਬ ਦੇ ਚੱਲ ਛੱਡ ਤੂੰ 5 ਕੰਮ ਤੂੜੀ ਦੇ ਕਰਾ ਦੇ ਜੇ ਤੁਸੀਂ 5 ਕੰਮ ਤੂੜੀ ਦੇ ਕੀਤੇ ਹੋਣ ਮੀ ਚੇਅਰ ਮਿਨਿਸਟਰ ਆ ਬਰਨਾਲੇ ਤੋਂ ਉਹਨਾਂ 5 ਕੰਮ ਬਰਨਾਲੇ ਦੇ ਕਰਾ ਦੇ ਮੈਨੂੰ ਜੇ ਤੁਸੀਂ ਕੀਤੇ ਹੋਣ ਇਸ 2 ਸਾਲਾਂ ਦੇ ਵਿੱਚ ਕੰਮ ਕੋਈ ਕਰਨਾ ਨੀਗਾ ਤੇ ਦੂਸਰਿਆਂ ਨੂੰ ਕੋਸੀ ਜਾਣਾ ਅੱਛਾ ਅਕਾਲੀ ਤੇ ਕਾਂਗਰਸ ਮਾੜੇ ਬਹੁਤ ਹੈ ਪਰ ਜੇ ਗੋਲਡੀ ਇਹਨਾਂ ਦੀ ਗੋਤੀ ਚ ਬਹਿ ਜਾ ਆਣ ਕੇ ਫਿਰ ਉਹ ਕਾਂਗਰਸ ਬੜਾ ਅੱਛਾ ਹੋ ਜਾਂਦਾ 3 ਭਗੋੜੇ ਕਹਿੰਦੇ ਨੇ ਇਹਨਾਂ ਦੇ ਜੰਗਲ ਤੋਂ ਪਵਨ ਕੁਮਾਰ ਪੀਲੂ ਅਕਾਲੀ ਦਲ ਦਾ ਇੱਕ ਐਮਐਲਏ ਹੁਸ਼ਿਆਰਪੁਰ ਤੋਂ ਰਾਜਕੁਮਾਰ ਸੱਭੇਵਾਲ ਕਾਂਗਰਸ ਦਾ ਐਮਐਲਏ ਆ ਫਤਿਹਗੜ੍ਹ ਸਾਹਿਬ ਤੋਂ ਜੀਪੀ ਸਿੰਘ ਬੱਸੀ ਪਟਵਾਰੇ ਤੋਂ ਕਾਂਗਰਸ ਦਾ ਇੱਕ ਐਮਐਲਏ ਦੱਸੋ ਮੈਨੂੰ ਉਹਦਾ ਅਕਾਲੀ ਕਾਂਗਰਸ ਮਾੜੇ ਤੇ ਤੁਹਾਡੇ ਕੋਲ ਬੰਦੇ ਨਹੀਂ ਹੈਗੇ ਤੁਸੀਂ ਅਕਾਲੀ ਕਾਂਗਰਸ ਪੜ ਕੇ ਲੈ ਕੇ ਆਏ ਅੱਜ 13 ਬੰਦੇ ਇਹਨਾਂ ਦੇ ਕੌਣ ਲੜ ਰਹੇ ਨੇ 5 ਮਿਨਿਸਟਰ 4 ਐਮਐਲਏ ਤੁਸੀਂ ਦੱਸੋ ਮੈਨੂੰ 1 ਮਿੰਟ ਲਈ ਜਿੱਤਣਾ ਤਾਂ ਇਹਨਾਂ ਨੇ ਹੈ ਨਹੀਂ ਪਰ 9 ਬੰਦੇ ਵਿਧਾਨ ਸਭਾ ਦੇ ਖੜੇ ਕੀਤੇ ਆਮ ਆਦਮੀ ਪਾਰਟੀ ਦੇ 9 ਅੱਛਾ ਕਿਸੇ ਔਰਤ ਪੰਜਾਬ ਤੋਂ ਟਿਕਟ ਨਹੀਂ ਦਿੱਤੀ ਇੱਕ ਵੀ ਔਰਤ ਨੂੰ 1300 ਔਰ ਇਹਨਾਂ ਦੇ ਘਰ ਕੇਜਰੀਵਾਲ ਦੇ ਰਾਜ ਸਭਾ ਦੇ ਮੈਂਬਰ ਸਵਾਤੀ ਮਾਲੇਵਾਲ ਉਹਨੂੰ ਉਹਦੇ ਪੀਏ ਵੈਭਵ ਨੇ ਸਰਕਾਰੀ ਕੋਠੀ ਦੇ ਵਿੱਚ ਚੁਪੇੜਾ ਮਾਰਿਆ ਉਹਦੇ ਠੁੱਡ ਮਾਰੇ ਉਹਨੇ ਪਰਚਾ ਦਰਜ ਕਰਾ ਕੇ ਉਹਦਾ ਪੀਏ ਰਜਿਸਟਰ ਕਰਾਇਆ ਇਹ ਔਰਤਾਂ ਦੇ ਨਾਲ ਜਿਹੜਾ ਸਾਥ ਕਰੂਗਾ ਆਪਣੇ ਬੈਠੀਆਂ ਇਹਨਾਂ ਨੇ ਮੰਗਿਆ ਨਹੀਂ ਸੀਗਾ 1000 ਰੁਪਏ ਤੁਹਾਨੂੰ ਦਊਂਗਾ 26 ਮਹੀਨੇ ਹੋ ਗਏ ਨੇ 26000 ਰੁਪਏ ਬਕਾਇਆ ਇਹਨਾਂ ਦਾ ਹੈ ਇਹ ਝੂਠੇ ਨੇ ਮੇਰੇ ਵੀਰੋ ਇਹਨਾਂ ਇਹ ਪੰਜਾਬ ਦੇ ਹੋ ਹੀ ਨਹੀਂ ਸਕਦੇ ਔਰ ਮੈਂ ਕਹਿ ਰਿਹਾ ਸੀਗਾ 5 ਮੰਤਰੀ 4 ਐਮਐਲਏ 1 ਕਮੇਡੀਅਨ ਕਰਮਜੀਤ ਅਨਮੋਲ ਤੇ 3 ਭਗੌੜੇ 13 ਬੰਦੇ ਆ ਇਹਨਾਂ ਦੀ ਔਕਾਤ ਕਰਦੇ ਔਰ ਕਹਿੰਦਾ ਫਿਰ ਅੱਗੇ ਖਹਿਰਾ ਬਾਹਰੋਂ ਆਇਆ ਖਹਿਰਾ ਜਿਹੜਾ ਲੜ ਲੜ ਮਰ ਗਿਆ ਪੰਜਾਬ ਦੇ ਲੋਕਾਂ ਲਈ ਸਾਰੇ ਗੁੱਡਿਆਂ ਨੇ ਬੋਲਿਆ ਸਿੱਧੂ ਮੂਸੇਵਾਲੇ ਦਾ ਪੁੱਤ ਮਾਰਿਆ ਖਹਿਰਾ ਬੋਲਿਆ ਕਿ ਸਾਡਾ ਨੂੰ ਕੁੱਟਿਆ ਲੁੱਟਿਆ ਅਤੇ ਗੋਲੀਆਂ ਮਾਰੀਆਂ ਖਹਿਰਾ ਬੋਲਿਆ ਐਮਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬਾਹਰ ਭੇਜਤਾ ਖਹਿਰਾ ਬੋਲਿਆ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਅੰਬ ਸਾਹਿਬ ਮੋਹਾਲੀ ਖਹਿਰਾ ਬੋਲਿਆ ਮੱਤੇਵਾਲੇ ਦਾ ਜਗਤ ਪੱਟ ਦੇਣ ਲੱਗੇ ਸੀਗੇ ਖਹਿਰਾ ਬੋਲਿਆ ਮੇਰੇ ਵੀਰੋ ਖਹਿਰਾ ਬਾਹਰ ਦਾ ਹੋ ਗਿਆ ਤੇ ਜਿਹੜਾ ਤੁਸੀਂ ਰਾਜ ਸਭਾ ਦੇ ਬਣਾਏ ਨੇ ਗੈਰ ਪੰਜਾਬੀ ਰਾਘਵ ਛੱਡਾ ਤੇ ਨਾਲ ਸੰਦੀਪ ਪਾਠਕ ਮੈਂ ਮੀਡੀਆ ਨੂੰ ਪੁੱਛਣਾ ਚਾਹੁੰਦਾ ਇਹ ਤਾਂ ਤੇਰੇ ਪਿੰਡ ਕੁਰਟ ਦੇ ਨਾਲ ਪੈਦਾ ਹੋਣ ਉੱਥੇ ਬੜੇ ਹੋਣੇ ਆ ਤੇ ਅੰਦਰਲੇ ਹੋ ਕੇ ਉਹ ਜਿਹੜੇ ਯਾਰੋ ਇੱਕ ਲਫ਼ਜ਼ ਨਹੀਂ ਬੋਲੇ ਜਿਹੜਾ ਰਾਘਵ ਛੱਡਾ ਡਰਦਾ ਲੰਡਨ ਬੈਠਾ ਵਾ ਜੋ ਕਿ ਸ਼ਰਾਬ ਘੁਟਾਲੇ ਆਮ ਆਦਮੀ ਪਾਰਟੀ ਦੀ ਬੜੋ ਬੜਾਈ ਹੋ ਰਹੀ ਆ ਉਹ ਡਰਦਾ ਰਾਘਵ ਛੱਡਾ ਲੰਡਨ ਜਾ ਕੇ ਬਹਿ ਗਿਆ ਕਿਸੇ ਨੇ ਪੁੱਛਿਆ ਕਿਉਂ ਬੈਠਾ ਜਦੋਂ ਦਾ ਉਸ ਫਿਲਮ ਅਦਾਕਾਰਾਂ ਦਾ ਵਿਆਹ ਕਰਾ ਮਿਲ ਰਿਹਾ ਨੀਗਾ ਭਾਰਤ ਹੀ ਨਹੀਂ ਆਇਆ ਕਿਸੇ ਨੇ ਪੁੱਛਿਆ ਕਿ ਕਿਉਂ ਬੈਠਾ ਮੈਨੇ ਅੱਖੋ ਕਾ ਆਪਰੇਸ਼ਨ ਕਰਾਉਣਾ ਹੈ ਉਹਨੂੰ ਪੁੱਛੋ ਭਲਾ ਮਾਨਸਾ ਤੁਸੀਂ ਤਾਂ ਕਹਿੰਦੇ ਸਾਡਾ ਦਿੱਲੀ ਦਾ ਸਿਹਤ ਮਾਡਲ ਬੜਾ ਤਗੜਾ ਵਾ ਅਸੀਂ ਤਾਂ ਪੰਜਾਬ ਦੇ
ਵਿੱਚ ਆਮ ਆਦਮੀ ਕਲੀਨਿਕਾਂ ਬੜੀਆਂ ਤਕੜੀਆਂ ਕਰਤੀਆਂ। ਇੱਥੇ ਦਾ ਪਿੰਡਾਂ ਦੇ ਵਿੱਚ ਕੈਂਪਾਂ ਚ ਲੋਕੀ ਲੈਂਸ ਪਵਾ ਲੈਂਦੇ ਨੇ, ਝੂਠ ਬੋਲਦੇ ਨੇ, ਡਰਪੋਕ ਕਾਇਰ ਕਮਜ਼ੋਰ ਲੰਡਨ ਬੈਠੇ ਲੁਕੇ ਫਿਰਦੇ ਨੇ। ਮੇਰੇ ਵੀਰੋ ਆਹ ਤੁਹਾਡੇ ਸਾਹਮਣੇ ਖੜਾ ਖਿਆ, ਮੇਰੇ ਕਿੰਨੇ ਪਰਚੇ ਦਰਜ ਕੀਤੇ ਭਗਵੰਤ ਨੇ? 5 ਤੁਹਾਨੂੰ ਪਹਿਲੇ ਤਿੰਨਾਂ ਦਾ ਪਤਾ ਨੀ, ਕਿਉਂਕਿ ਮੇਰੀ ਅਗਾਊਂ ਜ਼ਮਾਨਤ ਹੋ ਗਈ ਉੱਥੇ ਅਦਾਲਤਾਂ ਚੋਂ। ਜਦੋਂ ਦੇਖਿਆ ਕਿ ਮੈਂ ਫੜ ਨੀ ਸਕਿਆ ਤੇ ਝੂਠੇ ਮੁਕਦਮੇ ਚ 9 ਪੁਰਾਣੇ ਚ ਜਦੋਂ ਮੈਂ ਆਮ ਆਦਮੀ ਪਾਰਟੀ ਦਾ ਲੀਡਰ ਆਫ ਆਪੋਜੀਸ਼ਨ ਸੀਗਾ 17 ਚ, ਮੈਂ ਜਿਹੜਾ ਰੇਤਾ ਮੰਤਰੀ ਦਾ ਇੱਕ ਬਹੁਤ ਵੱਡਾ ਸਕੈਂਡਲ ਹੋਇਆ, ਮੈਂ ਉਸ ਮੰਤਰੀ ਦੇ ਮਗਰ ਪੈ ਕੇ ਜਦੋਂ ਅਮਰਿੰਦਰ ਨੇ ਉਸ ਮੰਤਰੀ ਨੂੰ ਕੱਢਿਆ, ਉਹਨਾਂ ਨੇ ਮੇਰੇ ਖਿਲਾਫ਼ ਜਾਂਚ ਬੋਲ ਕੇ ਮੈਨੂੰ ਇਸ ਕੇਸ ਵਿੱਚ ਫਸਾਇਆ NDPS ਦਾ 2015 ਉਸ ਫਸਲੇ ਵਿੱਚ। ਭਗਵੰਤ ਮਾਨ ਨੇ ਆ ਕੇ ਉਸ ਵੇਲੇ ਕਿਹਾ 2017 ਕਿ ਖੇੜਾ ਬੇਗੁਨਾਹ ਹੈ, ਖੇੜੇ ਨਾਲ ਬਦਲਾ ਗੋਲੀ ਹੋ ਰਹੀ ਆ, ਖੇੜੇ ਦਾ ਮਸਲਾ ਮੈਂ ਪਾਰਲੀਮੈਂਟ ਚੱਕੂ। ਉਸੇ ਮੁਕਦਮੇ ਵਿੱਚ ਮੈਨੂੰ ਅਰੈਸਟ ਕਰ ਲਿਆ। 4 ਮਹੀਨੇ ਮੈਂ ਇੱਥੇ ਤੁਹਾਡੇ ਲਾਗੇ ਬਾਬੇ ਜੇਲ੍ਹ ਵਿੱਚ ਸੀਗਾ। ਜਦੋਂ ਮੇਰੀ ਜ਼ਮਾਨਤ ਹੋਣੀ ਸੀ 4 ਜਨਵਰੀ 2024 ਨੂੰ 3 ਕਰਕੇ ਸੁਬਾਨਪੁਰ ਥਾਣੇ ਕਪੂਰਥਲੇ ਇੱਕ ਹੋਰ ਝੂਠਾ ਪਰਚਾ ਦਰਜ ਕੀਤਾ ਤਾਂ ਕਿ ਖੇੜਾ ਛੁੱਟ ਨਾ ਜਾਵੇ, ਔਰ ਅੱਜ ਮੇਰੇ 3 DSP ਕਪੂਰਥਲੇ ਦੇ ਬੈਠੇ ਮੇਰਾ ਰਿਮਾਂਡ ਲੈ ਕੇ ਮੈਨੂੰ CA ਸਾਹਿਬ ਨੇ ਮੈਨੂੰ ਜੇਲ੍ਹ ਦਾ ਕੋਈ ਇਹ ਮਲਾਲ ਨਹੀਂ ਹੈ ਨਾ ਮੈਂ ਡਰਾਂ, ਜੇਲ੍ਹਾਂ ਬੰਦਿਆਂ ਵਾਸਤੇ ਬਣੀਆਂ ਨੇ, ਪਰ ਭਗਵੰਤ ਇਹ ਦੱਸ ਮੈਨੂੰ ਕਿ ਜਿਸ ਦਿਨ ਸਾਡਾ ਰਾਜ ਆਊਗਾ ਝੱਲ ਲਏਗਾ? ਮੈਂ ਤਾਂ ਝੱਲ ਲਿਆ ਵਾ, ਕੀ ਝੱਲਣੇਗਾ ਝੂਠੇ ਪਰਚੇ? ਮੈਂ ਤਾਂ ਸੱਚਾ ਕਰਨਾ ਵਾ, ਮੈਂ ਤਾਂ ਇਸੇ ਕੇਸ ਵਿੱਚ ਇਨਸਾਫ਼ ਲੈਣਾ ਵਾ, ਇਹਨਾਂ ਤੋਂ ਝੱਲ ਨਹੀਂ ਹੋਣਾ ਦੋਸਤੋ। ਔਰ ਦੂਜਾ ਮੈਨੂੰ ਸੁੱਖਿਆ ਕਿ ਖੇੜਾ 3 ਦਾ MLA ਸਾਬਕ ਲੀਡਰ ਵਿਰੋਧੀ ਧਿਰ ਦਾ, ਜੇ ਮੇਰੇ ਨਾਲ ਯਾਰੋ ਇੱਕ ਦਾ ਧੱਕਾ ਹੋ ਸਕਦਾ ਤੇ ਤੁਹਾਡੇ ਨਾਲ ਕੀ ਬੀਤਦੀ ਹੋਊ ਥਾਣਿਆਂ ਦੇ ਵਿੱਚ, ਤਹਿਸੀਲਾਂ ਦੇ ਵਿੱਚ, ਸਰਕਾਰੀ ਦਫ਼ਤਰਾਂ ਦੇ ਵਿੱਚ? ਪਤਾ ਨੀ ਕਿੰਨੇ ਲੋਕੀ ਲੁੱਟੇ ਜਾ ਰਹੇ ਹੋਣੇ ਆ, ਕਿੰਨਿਆਂ ਦਾ ਅਨਿਆਏ ਹੋ ਰਿਹਾ, ਕਿੰਨਿਆਂ ਦੇ ਝੂਠੇ ਪਰਚੇ ਦਰਜ ਹੋਣੇ? ਆਹ ਮੇਰੀ ਕਰਤੂਤ ਹੈ ਮੇਰੇ ਵੀਰੋ, ਆਹ ਰਾਜ ਹੈ ਇਹਨਾਂ ਦਾ ਪਿਛਲੇ 2 ਦਾ। ਦੱਸ ਦਿਓ ਮੈਨੂੰ ਜੇ ਇਹਨਾਂ ਨੇ ਕੋਈ ਪ੍ਰਾਪਤੀ ਕੀਤੀ ਹੈ। ਅੱਛਾ ਰਾਜ ਸਭਾ ਕੌਣ ਬਣਾਏ? ਅੱਗੇ ਅਸੀਂ ਤਾਂ ਆਮ ਜੇ ਬੰਦੇ ਹਾਂ ਜੀ, ਅਸੀਂ ਤਾਂ ਰੇਲ ਵਾਲਿਆਂ ਨੂੰ ਬਣਾਇਆ ਕਰਾਂਗੇ, ਅਸੀਂ ਸਪੈਂਚਰ ਵਾਲਿਆਂ ਨੂੰ ਬਣਾਇਆ ਕਰਾਂਗੇ। 8 ਰਾਜ ਸਭਾ ਦੇ ਮੈਂਬਰ ਬਣਾਉਣੇ ਸੀ, ਕੌਣ ਲੱਗਿਆ? ਸਭ ਤੋਂ ਅਮੀਰ ਆਦਮੀ ਪੰਜਾਬ ਦਾ ਅਸ਼ੋਕ ਮਿੱਤਲ, 650 ਏਕੜ ਵਿੱਚ ਲੰਬੀ ਯੂਨੀਵਰਸਿਟੀ ਜਲੰਧਰ ਜਾ ਕੇ ਦੇਖ ਸਕਦੇ ਹੋ, 25,000 ਕਰੋੜ ਰੁਪਏ ਦਾ ਮਾਲਕ, ਘੱਟੋ ਘੱਟ ਪੈਸਿਆਂ ਦੇ ਬੈਗ ਲੈ ਕੇ ਚੱਲ ਰਾਜ ਸਭਾ। ਇਹ ਦੂਸਰਾ ਬਣਾਇਆ ਸੰਜੀਵ ਅਰੋੜਾ, ਲੁਧਿਆਣੇ ਤੋਂ ਬਹੁਤ ਵੱਡਾ ਕਾਰੋਬਾਰੀ ਬਿਲਡਰ, ਜਿਹੜਾ ਬਹੁ ਮੰਜ਼ਲੀ ਫਲੈਟ ਬਣਾਉਂਦੇ ਨੇ ਦਿੱਲੀ ਚ ਕੰਮ ਕਰਦਾ, ਵੱਡੇ ਵੱਡੇ ਲੋਕਾਂ ਦੇ ਬੰਦਕ ਲੈ ਕੇ ਕੇਜਰੀਵਾਲ ਨੇ ਕੁਛ ਬਣਾਤਾ, 2-3 ਗੈਰ ਪੰਜਾਬੀ ਜਿਹੜੇ ਨਾਮ ਲਏ ਨੇ ਇਹਨਾਂ ਤੋਂ ਦੱਸੋ ਆਮ ਆਦਮੀ ਕਿਹੜਾ? ਦੋਸਤੋ ਇਹ ਆਮ ਆਦਮੀ ਪਾਰਟੀ ਨਹੀਂ ਹੈਗੀ, ਹੁਣ ਇਹਦਾ ਨਾਮ ਬਦਲ ਕੇ ਰੱਖ ਲੈਣਾ ਚਾਹੀਦਾ ਖਾਸ ਆਦਮੀ ਪਾਰਟੀ। ਭਗਵੰਤ ਮਾਨ ਜਿਹੜਾ ਕੱਲ ਕਹਿੰਦਾ ਸੀ ਮਾਸਟਰ ਦਾ ਮੁੰਡਾ, 5 ਲੱਖ ਦੀ ਬੈਂਡ ਦੀ ਜੁੱਤੀ ਪਾਉਂਦਾ, 5 ਲੱਖ ਦੀ ਫੇਸਬੁੱਕ ਤੇ ਦਿਖਾਤੀ, ਇਹਨਾਂ ਦੀਆਂ ਔਰਤਾਂ ਦੀਆਂ ਬਾਹਾਂ ਕਿਲੋਆਂ ਦੇ ਹਿਸਾਬ ਦੇ ਨਾਲ ਸੋਨੇ ਨਾਲ ਦਿੱਤੀਆਂ ਪਈਆਂ ਨੇ ਮੇਰੇ ਵੀਰੋ। ਆਮ ਤਾਂ ਬੈਠੇ ਨੇ, ਆਮ ਤਾਂ ਤੁਸੀਂ ਉਹ ਜਿਹੜੇ ਦਸਾਂ ਦੀ ਕਿਰਤ ਦੀ ਕਮਾਈ ਕਰਦੇ ਹੋ, ਇਹ ਆਮ ਰਹੀਏ, ਇਹ ਖਾਸ ਨੇ। ਕੇਜਰੀਵਾਲ ਜਿਹੜਾ 100 ਖਾਲੀ ਮੁੰਡਿਆਂ ਦੇ ਬੱਚਿਆਂ ਦੀ ਇੱਥੇ TV ਦੇ ਉੱਤੇ ਆਪਣੇ ਮੁੰਡੇ ਦੀ ਮੈਂ 100 ਦਿਨ ਦਿਖਾਤਾ ਹੂੰ, ਮੈਂ ਜ਼ਿੰਦਗੀ ਨੇ ਕਦੀ ਕਾਂਗਰਸ ਤੇ ਸਮਝੌਤਾ ਨਹੀਂ ਕਰੂੰਗਾ, ਉੱਡ ਗਿਆ ਪਿਆ ਦੀ ਬੁੱਧੀ ਦੇ ਵਿੱਚ। ਭਗਵੰਤ ਮਾਨ ਆਪਣੀ ਮਾਤਾ ਨੂੰ ਫਿਰ ਜਾ ਕੇ ਮੈਂ 100 ਖਾਨਾ ਬਰਨਾਲੇ ਦੀ ਰੈਲੀ ਚ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਊਂਗਾ, ਤੇ ਕੇਜਰੀਵਾਲ ਕਹਿੰਦਾ ਮਾਨ ਸਾਹਿਬ ਆਪਣੇ ਤੋਂ ਇਤਿਹਾਸਕ ਫੈਸਲਾ ਲੈ ਲਿਆ ਹੈ, ਆ ਸ਼ਰਾਬ ਨਾਲ ਛੱਡਣ ਦਾ ਇਤਿਹਾਸਕ ਫੈਸਲਾ, ਪਿਛਲੇ ਦਿਨ ਦਾਰਜ ਡਿੱਗਿਆ ਪਿਆ ਸੀਗਾ, ਚੌਥੇ ਦਿਨ ਪਤਾ ਨੀ ਪਰਲੇ ਪਾਸੇ ਹੋਰ ਕੋਵਿਡ ਡਿੱਗਿਆ ਪਿਆ ਸੀਗਾ, ਇਹ ਗੁਰਦੁਆਰਾ ਸਾਹਿਬ ਜਾਂਦਾ ਦਾਰੂ ਪੀ ਕੇ,
ਬਰਗਾੜੀ ਦੇ ਭੋਗ ਤੇ ਗਿਆ ਮੈਂ ਉੱਥੇ ਸੀਗਾ ਬੈਠਾ ਜਿਹੜਾ ਬਹਿਰਲ ਰਾਜ ਦੋ ਸਿੱਖ ਨੌਜਵਾਨ ਮਾਰੇ ਗਏ ਸੀਗੇ ਵੀਡੀਓ ਆਈ ਆ ਇਹ ਸ਼ਰਾਬ ਪੀ ਕੇ ਸਟੇਜ ਤੇ ਸਾਡੇ ਸਿੰਘ ਸਾਹਿਬ ਬੈਠੇ ਸੀਗੇ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਦੇ ਨਾਲ ਕੇਸਗੜ ਸਾਹਿਬ ਦੇ ਉੱਥੋਂ ਤੱਕ ਸ਼ਮੈਲ ਲਾ ਗਈ ਛੋਟੇਪੁਰ ਬੈਠਾ ਸੀ ਮੇਰੇ ਨਾਲ ਛੋਟੇਪੁਰ ਨੇ ਮੇਰੇ ਕੰਨ ਛੂ ਮਾਰੀ ਕਿਸੇ ਤਰੀਕੇ ਨਾਲ ਕੋਈ ਤੋਂ ਕੱਢ ਦਿਓ ਰੋਟੀ ਮਾਰ ਦੇਣਗੇ ਅੱਛਾ ਜੀ ਮੈਂ ਨਾ ਕੱਲ ਗਿਆ ਵਹਾਂ ਪਰ ਬਗਰੌਰ ਪਿੰਡ ਦਾ ਦਿਲ ਦੇ ਸੁਣੋ ਜਿਹੜਾ ਉਹ ਦੇਖੋ ਕਿੱਡੇ ਠੱਗ ਕਿੱਡੇ ਝੂਠੇ ਨੇ ਜਦੋਂ ਐਮਪੀ ਸੀ ਨਾ 2019 ਇਹਨਾਂ ਇੱਕ ਗਰਬੇ ਦੇ ਪਿੰਡ ਵਿੱਚ ਉੱਥੇ ਬਗਰੌਰ ਪਿੰਡ ਦਾ ਇੱਕ ਡਰੇਨ ਲੰਘ ਰਹੀ ਹੈ ਸ਼ਾਇਦ ਝੰਗੂ ਕੇ ਕੁਛ ਡਰੇਨ ਦਾ ਨਾਮ ਹੈ ਏਦਾਂ ਕਰਕੇ ਛੋਟੀ ਡਰੇਨ ਹੈ ਇਹਦੇ ਇੱਕ ਇੰਟਰਵਿਊ ਵਿੱਚ ਕਿਸੇ ਚੰਡੀਗੜ੍ਹ ਕੋਈ ਜਗ ਬਾਣੀ ਟੀਵੀ ਦੀ 7 ਪ੍ਰੋਗਰਾਮ ਕੀ ਝੂਠ ਬੋਲਿਆ ਸੁਣਿਓ ਜਰਾ ਅਗਰ ਮੈਂ ਤੁਹਾਨੂੰ ਸੁਣਾਉਂਦਾ ਤਾਂ ਤੁਸੀਂ ਦੇਖ ਕੇ ਹੈਰਾਨ ਹੋਣਾ ਸੀਗਾ ਕਹਿੰਦਾ ਇਹ ਵੀ ਨਾਲ ਦਿੱਤਾ ਉੱਥੇ ਚੰਡੀਗੜ੍ਹ ਕਿ ਮੈਂ ਇੱਕ ਦਿਨ ਬਗਰੌਲ ਗਿਆ ਬਗਰੌਲਿਆਂ ਦੇ ਕਿਤੇ ਸਾਡੇ ਡਰੇਨ ਦੇ ਪੁੱਲ ਹੈ ਨਹੀਂ ਲੰਘਣ ਨੂੰ ਸਾਨੂੰ ਪੁੱਲ ਬਣਾ ਕੇ ਦਿਓ ਜਿਹੜਾ ਮੈਂ ਜਦੋਂ ਡੀਸੀ ਨਾਲ ਗੱਲ ਕੀਤੀ ਮੈਂ ਡੀਸੀ ਨੂੰ ਕਿਹਾ ਕਿ ਪੁੱਲ ਕਿਉਂ ਨੀ ਬਣਾਉਂਦੇ ਉਹ ਕਹਿੰਦੇ ਜੀ ਪੈਸੇ ਨੀ ਘਾਟ ਗਿਆ ਮੈਂ ਕਿਹਾ ਕਿੰਨਾ ਤੇਰਾ ਐਸਟੀਮੇਟ ਆ ਮੈਂ ਮਾਰੂੰਗਾ ਐਮਪੀ ਐਕਟ ਚੋਂ ਉਹਨੇ ਐਸਟੀਮੇਟ ਬਣਾ ਕੇ ਦਿੱਤਾ 1,08,00,000 ਦਾ ਕਿਹੜਾ ਮੇਰਾ ਇੱਕ ਦੋਸਤ ਸੀ ਇੰਜੀਨੀਅਰ ਇਹ ਵੀ ਜੱਪਾ ਹੀ ਮਾਰੀ ਗਿਆ ਨਾ ਕੋਈ ਇੰਜੀਨੀਅਰ ਨਾ ਕੋਈ ਗੱਲ ਅਜੇ ਮੇਰਾ ਇੱਕ ਦੋਸਤ ਸੀ ਇੰਜੀਨੀਅਰ ਮੈਂ ਉਹਨੂੰ ਦਿਖਾਇਆ ਪੁੱਲ ਉਹ ਕਹਿੰਦਾ ਜੀ ਮੈਂ ਬਣਾ ਦੂੰਗਾ 6,00,000 ਕਹਿੰਦਾ ਜੀ 1,00,00,000 ਖਾਵੇ ਮੈਂ 6,00,000 ਪੁੱਲ ਬਣਾਤਾ ਮੈਂ ਮੀਟਿੰਗ ਕਰਨ ਗਿਆ ਬਗਰੌਲ ਪਿੰਡ ਚ ਏਦਾਂ ਤੁਹਾਡੇ ਉਹ ਕਿੱਥੇ ਹੋਏ ਉਹ ਕਹਿੰਦੇ ਜੀ ਮੀਟਿੰਗ ਰਹਿਣ ਦਿਓ ਅਸੀਂ ਵੋਟਾਂ ਤੁਹਾਨੂੰ ਪਾਉਣੀਆਂ ਸਾਰੀਆਂ ਜਿੱਦਾਂ ਤੁਸੀਂ ਅੱਜ ਬੈਠੇ ਹੋ ਸਾਰੇ ਵੋਟਾਂ ਪਾਉਣ ਵਾਸਤੇ ਆਏ ਹੋ ਮੈਨੂੰ ਪਤਾ ਤੁਹਾਡੇ ਚਿਹਰੇ ਦਿਸ ਰਹੇ ਤੁਸੀਂ ਵੀ ਮੇਰਾ ਜੋੜ ਹੀ ਲਵਾ ਰਹੇ ਹੁੰਦਾ ਜੀ ਸ਼ੌਂਕ ਵੀ ਦੇਖ ਰਹੇ ਹੋ ਦੇਖੇ ਕਿੰਨਾ ਬੋਲਦਾ ਹੈ ਤੇ ਮੈਨੂੰ ਕਹਿੰਦੇ ਜੀ ਮੀਟਿੰਗ ਛੱਡੋ ਆਓ ਚਲੀਏ ਆਪਾਂ ਡਰੇਨ ਤੇ ਦੋਸਤੋ ਸਿਖਰ ਦੁਪਹਿਰ 1 ਵਜੇ ਤੇ ਕੱਲ ਦੀ ਗੱਲ ਹੈ ਕਿ ਪਰਸੋਂ ਦੋ ਵਜੇ ਨਾਲ ਕੌਣ ਸੀ ਕੱਲ ਦੀ ਗੱਲ ਹੈ ਫਿਰ ਵੀ ਅਸੀਂ ਚਲੇ ਗਏ ਕੋਈ ਔਰ ਦੀ ਡਰੇਨ ਤੇ ਜਿਹੜਾ ਸਰਪੰਚ ਸੀ ਉਹ ਕੱਲ ਦੀ ਸੀ ਪੁਰਾਣਾ ਉਹ ਵੀ ਮੇਰੇ ਨਾਲ ਗਿਆ ਤਾਰੀ ਕਹਿੰਦਾ ਜੀ ਮੈਂ ਤੁਹਾਨੂੰ ਲੈ ਕੇ ਜਾਣਾ ਉੱਥੇ ਗਏ ਡਰੇਨ ਤੇ ਉੱਥੇ ਪੁਲਿਸ ਦੋ ਪਾਈਪ ਪਾਏ ਸੀ ਵੱਡੇ ਸੀਮੈਂਟ ਵਾਲੇ ਹੁੰਦੇ ਨੀ ਜਿਹੜੇ ਦੋ ਪਾਈਪ ਪਾਣੀ ਸੁਕਾਉਣ ਲਈ ਉਹਦੇ ਉੱਤੋਂ ਪੈਦਲ ਤੁਰ ਕੇ ਰੁਕੀ ਪੱਲੇ ਪਾਸੇ ਕਹਿੰਦੇ ਜੀ ਆਹ ਪੋੜਾ ਇਹ ਸਰਪੰਚ ਤਾਰੀ ਨੇ ਰੱਖੇ ਪਾਈਪ ਉਹ ਪੁੜੀ ਨੀ ਬਣਾਇਆ ਕੋਈ ਉਦਾਂ ਹੀ ਜਾ ਕੇ ਚੰਡੀਗੜ੍ਹ ਟੀਵੀ ਤੇ ਕਹਿਤਾ ਕਿ ਮੈਂ 1,00,00,000 ਬਚਾ ਦਿੱਤਾ ਏਡਾ ਝੂਠਾ ਬੰਦਾ ਆ ਇਸ ਲੈਵਲ ਤੇ ਝੂਠ ਬੋਲ ਸਕਦਾ ਚੀਫ ਮਿਨਿਸਟਰ ਉਹ ਪਿੰਡ ਵਾਲੇ ਕਹਿੰਦੇ ਜਿਹੜਾ ਫੜੇ ਪਾਸੇ ਨੀ ਬਣੇ ਬਗਰੌਲ ਵਾਲਾ ਪੋੜਾ ਵਾਲਾ ਤੇ ਦੱਸਾਂਗੇ ਅਸੀਂ ਕੀ ਭਾਅ ਰੱਖਦੀ ਆ ਅੱਛਾ ਇੱਥੇ ਬਸ ਨਹੀਂ ਦੇਖੋ ਛੇ ਕੀ ਬੰਦਾ ਵਾ ਪੰਜ ਬੰਦਾ ਪਾ ਕੇ ਇਹ ਪੰਜ ਵੀ ਦਬਾ ਰਾ ਕੇ ਮਾਰਦਾ ਕਬੱਡੀ ਦੇ ਟੂਰਨਾਮੈਂਟ ਵਿੱਚ ਕਰਦਾ ਸੀ ਇੱਕ ਕਮੈਂਟਰੀ ਗਰਮੀ ਲੱਗੀ ਹੋਣੀ ਆ ਉੱਥੇ ਚੱਲਦੀ ਕਬੱਡੀ ਦੇ ਟੂਰਨਾਮੈਂਟ ਆ ਮਾਰੇ ਪਾਸ ਚੱਕ ਕੇ ਅੱਛਾ ਫਿਰ ਵੀ ਮੰਨ ਲਓ ਕਿ ਪੰਜ ਰੱਖੀ ਉਹ ਥੋੜੀ ਜੈਕਟ ਵੀ ਤੋਂ ਵਾਸਤੇ ਕੋਈ ਉਹਨਾਂ ਨੇ ਵੀ ਥੋੜਾ ਸੋਹਣਾ ਜਿਹਾ ਵੀ ਲੱਗਣ ਲੱਗ ਗਏ ਥੋੜਾ ਸਵਾਦ ਦਾ ਥੋੜਾ ਸੁਰਜੀ ਗੱਡੀ ਵੀ ਲਾ ਦਿੰਦੇ ਇਹਨਾਂ ਮੂੰਹ ਨੂੰ ਕਿਉਂਕਿ ਰਾਤ ਦਾ ਮੂੰਹ ਸੁਰਜ ਜਾਂਦਾ ਜ਼ਿਆਦਾ ਫਿਰ ਉਹ ਠੀਕ ਕਰਦੇ ਥੋੜਾ ਜਿਹਾ ਕਿੰਨਾ ਠੀਕ ਕਰਦਾ ਪੰਜ ਸਿੱਟੇ ਆ ਏਦਾਂ ਜਿੱਦਾਂ ਮੈਂ ਜਲ ਸਾਹਿਬ ਤੋਂ ਬਾਅਦ ਕਹੇ ਪਿਆਸ ਲੱਗੀ ਕਰੋ ਕੋਈ ਗੱਲ ਨਹੀਂ ਗਰਮੀ ਆ ਬੋਤਲ ਖੋਲੀ ਪਹਿਲਾਂ ਜੂਠਾ ਕੀਤਾ ਆ ਮੂੰਹ ਕਰਕੇ ਕੋਈ ਜੂਠਾ ਪਾਣੀ ਆਪਣੇ ਸਿਰ ਤੇ ਇੱਥੇ ਐਂ ਕਰਕੇ ਉਹ ਯਾਰੋ ਸਿੱਖ ਇੱਕ ਚੀਫ ਮਿਨਿਸਟਰ ਤੋਂ ਤੈਨੂੰ ਲੋਕ ਦੇਖ ਲਏ ਨੇ ਤੈਨੂੰ ਦੇਖ ਕੇ ਬੱਚਿਆਂ ਨੇ ਕਹਾ ਉਸ ਤਰ੍ਹਾਂ ਦੇ ਐਕਸ਼ਨ ਲੈਣੇ ਨੇ ਤੂੰ ਆਪ ਤੈਨੂੰ ਦਸਤਾਰ ਦਾ ਨਹੀਂ ਪਤਾ ਅੱਛਾ ਭਗਵੰਤ ਮਾਨ ਦੇਖਦਾ ਸਿੱਖ ਦੇਖ ਕੇ ਕੁਛ ਨਹੀਂ ਵਿੱਚ ਸਹੀ ਤੁਸੀਂ ਇਹਦਾ ਫੇਸਬੁੱਕ ਖੋਲੋ ਬੱਚੇ ਹੁਣੇ ਇਹਦਾ ਟਵਿੱਟਰ ਅਕਾਊਂਟ ਖੋਲੋ ਇੰਸਟਾਗ੍ਰਾਮ ਖੋਲੋ ਭਗਵੰਤ ਮਾਨ ਸਿੰਘ ਵੀ ਇਹਦੇ ਵਿੱਚੋਂ ਅੱਛਾ ਦਸਤਾਰ ਦੇ ਉੱਤੇ ਕੇਸ ਹੈ ਨਹੀਂ ਦੇ ਤੇ ਫੈਸਲਾ ਕੀ ਕਰ ਰਿਹਾ ਵਾ ਅੱਛਾ ਐਸ ਸੀ ਪੀ ਸੀ ਦਾ ਮੈਂ ਜਿਹੜਾ ਗੁਰਬਾਣੀ ਦਾ ਕਾਨੂੰਨ ਆ ਉਹ ਮੈਂ ਬਦਲੂੰਗਾ ਫੈਸਲਾ ਸਾਡੇ ਅੰਮ੍ਰਿਤਧਾਰੀ ਸਿੰਘ ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਨੇ
ਜਿਹੜੇ ਨਸ਼ੇ ਦੇ ਖਿਲਾਫ਼ ਲੜਦੇ ਨੇ ਭਾਈ ਅੰਮ੍ਰਿਤਪਾਲ ਵਰਗੇ, ਉਹਨਾਂ ਲੋਕਾਂ ਨੂੰ ਚੱਕ ਕੇ ਐਨਐਸਏ ਲਾ ਕੇ ਆ ਮੁੱਖ ਮੰਤਰੀ ਅਸਾਮ ਦੀਆਂ ਜੇਲ੍ਹਾਂ ਵਿੱਚ। ਇਹ ਜ਼ਾਲਮ ਨਹੀਂ, ਤਾਨਾ ਸ਼ਾਹ ਨਹੀਂ ਤੇ ਹੋਰ ਤਾਨਾ ਸ਼ਾਹ ਲੋਕੋ ਕੀ ਹੁੰਦਾ ਵਾ। ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣ ਆਇਆ ਕਿ ਮੈਂ ਸਾਰੀ ਜ਼ਿੰਦਗੀ ਲੜਿਆ, ਜਿਹੜਾ ਤੁਹਾਨੂੰ ਝੂਠ ਆ ਔਰ ਮੈਨੂੰ ਜੇਲ ਭੇਜਿਆ। ਦੇਖੋ ਜੇਲ ਮੈਂ ਕਹਿੰਦਾ ਕਿ ਉਹ ਬੰਦਾ ਕੱਟ ਸਕਦਾ ਜਿਹੜਾ ਅੰਦਰੋਂ ਸੱਚਾ। ਮੈਨੂੰ ਪਤਾ ਸੀ ਮੈਂ ਕੁਛ ਨੀ ਕੀਤਾ, ਮੈਂ ਬਿਲਕੁਲ ਉੱਥੇ ਘਬਰਾਇਆ ਨੀ, ਮੈਂ ਸਗੋਂ ਆਪਣਾ ਪੜ੍ਹਿਆ, ਮੈਂ ਉੱਥੇ ਅੱਛੀ ਆਪਣੀ ਵਰਜਿਸ਼ ਕੀਤੀ, ਮੈਂ ਵਾਹਿਗੁਰੂ ਦਾ ਨਾਮ ਜਪਿਆ। ਇਹਨੇ ਮੇਰੀ ਬੈਰਕ ਵਿੱਚ ਵੀ ਕੈਮਰਾ ਲਾਇਆ ਸੀ, ਦੇਖੋ ਕਿੱਡਾ ਬਦਲਾ ਖੂਨ ਹੈ। ਜਿਹੜੀ ਬੈਰਕ ਮੈਨੂੰ ਸਵਾਇਆ ਸੀ ਨਾ ਫੁੱਜੇ, ਉਹਦੇ ਅੰਦਰ ਕੈਮਰਾ ਲਾ ਕੇ ਮੈਨੂੰ ਆ ਸ਼ਾਮ ਨੂੰ ਨਾਲੇ ਪਿੱਗ ਲੈਂਦਾ ਹੋਣਾ, ਆਹ ਦੇਖਿਆ ਚਿਹਰਾ ਕਿੱਥੇ ਪਾਇਆ ਹੋਇਆ, ਨਾਲ ਕੇਜਰੀਵਾਲ ਨੂੰ ਵੀਡੀਓ ਭੇਜਦਾ ਹੋਣਾ। ਮੈਂ ਜਦੋਂ ਬਾਹਰ ਆਇਆ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਹਿੰਦੇ ਖੈਰਾ ਸਾਹਿਬ ਕੀ ਕਹੋਗੇ ਤੁਹਾਨੂੰ ਇਹਨਾਂ ਨੇ ਅਰੈਸਟ ਕੀਤਾ ਆਪਣਾ। ਮੈਂ ਕਿਹਾ ਮੈਂ ਇੰਨਾ ਹੀ ਕਹੂੰਗਾ ਕਿ ਜੋ ਬੀਜੋਗੇ ਉਹੀ ਵੱਢੋਗੇ, ਹੈ ਗੱਲ ਕਿ ਨਹੀਂ ਠੀਕ? ਉਸ ਕੁਦਰਤ ਦਾ ਅਸੂਲ ਹੈ, ਮੇਰਾ ਨਹੀਂ ਅਸੂਲ। ਜੋ ਬੀਜੋਗੇ ਚੰਗੇ ਕਰਮ ਕਰੋਗੇ ਤਾਂ ਚੰਗੀ ਫਸਲ ਵੱਢੋਗੇ ਮੇਰੇ ਵੀਰੋ, ਮਾੜੇ ਕਰਮ ਕਰੋਗੇ ਤਾਂ ਮਾੜੀ ਫਸਲ ਇੱਥੇ ਵੱਢੀ ਜਾਂਦੀ ਹੈ। ਲੈ ਉਹਦੀ ਗੱਲ ਹੋਈ, ਤਿੰਨਾਂ ਮਹੀਨੇ ਚ ਲਾਲਾ ਜੀ ਚੱਕੇ ਗਏ ਕੇਜਰੀਵਾਲ ਸਾਹਿਬ, ਉਹ ਜੇਲ੍ਹ ਚਲੇ ਗਏ। ਉੱਥੇ ਜੇਲ੍ਹ ਵਿੱਚ ਜਾ ਕੇ ਬੜੇ ਚੱਲ ਪਏ, ਹਮ ਤੋ ਕੱਟੜ ਇਮਾਨਦਾਰ ਹੈ, ਹਮਾਰੇ ਕੋ ਗਲਤ ਕੇਸ ਮੇ ਦਿੱਲੀ ਹਾਈ ਕੋਰਟ ਗਿਆ ਕੇਜਰੀਵਾਲ, ਉਹਨਾਂ ਨੇ ਭੁਆ ਕੇ ਮਾਰੀ ਦੀ ਅਰਜ਼ੀ। ਉਹ ਕਹਿੰਦੇ ਮੇਰੀ ਬੰਦਾ ਤੂੰ ਆ ਸ਼ਰਾਬ ਘਟਾ ਦੇਗਾ, ਤੈਨੂੰ ਕਿਉਂ ਛੱਡ ਦਈਏ। ਉਹਨੇ ਇੱਕ ਜੂਨ ਤੱਕ ਇੰਟਰਨ ਬੇਲ ਕੱਚੀ ਜ਼ਮਾਨਤ ਤੇ ਆ। ਅੱਛਾ ਫਿਰ ਇਹਨੇ ਵੇਖਿਆ ਵੀ ਕੋਈ ਹੋਰ ਜ਼ੋਰ ਨਹੀਂ ਚੱਲਦਾ, ਅੰਦਰ ਖੰਡ ਕਰਨ ਲੱਗ ਗਏ, ਅੰਦਰ ਰੌਲਾ ਪਾਉਣ ਲੱਗ ਗਏ। ਕਹਿੰਦੇ ਕੇਜਰੀਵਾਲ ਦੀ ਸ਼ੂਗਰ ਵੱਧ ਗਈ ਹੈ, ਸ਼ੂਗਰ ਦਾ ਮਰੀਜ਼ ਹੈ। ਮੈਂ ਪਹਿਲੀ ਵਾਰ ਦੇਖਿਆ ਪਖੰਡੀ ਫਰਜ਼ੀ ਇਨਕਲਾਬੀ ਅਲਿਖੀਆਂ ਨੀਚੇ ਸ਼ੀਸ਼ੀਆਂ ਹੁੰਦੀਆਂ, ਇਨਸੁਲਿਨ ਜਿਹੜੇ ਕੋਲ ਆਉਂਦੇ ਨੇ ਛੋਟੀ ਜਿਹੀ ਸ਼ੀਸ਼ੀ ਹੁੰਦੀ ਉਹ ਵੋਇਲ ਕਹਿੰਦੇ ਨੇ, ਵੋਇਲ ਇੰਨੀ ਸ਼ੀਸ਼ੀ ਚੱਕ ਕੇ ਜੇਲ੍ਹ ਦੇ ਬਾਹਰ, ਕੇਜਰੀਵਾਲ ਕੋਲ ਇਨਸੁਲਿਨ ਦੋ, ਕੇਜਰੀਵਾਲ ਕੋਲ ਇਨਸੁਲਿਨ ਦੋ, ਆਮ ਆਦਮੀ ਤੇ ਨਾਰੇ। ਅੱਛਾ ਅਦਾਲਤ ਵਾਲੇ ਨੇ ਕੀਤਾ, ਜੱਜ ਨੇ ਨਾ ਈਡੀ ਨੂੰ ਬੁਲਾਇਆ, ਈਡੀ ਨੂੰ ਬੁਲਾ ਕੇ ਕਹਿੰਦੇ ਉਹ ਕਹਿੰਦੇ ਤੁਸੀਂ ਇਨਸੁਲਿਨ ਨਹੀਂ ਦਿੰਦੇ ਇਹਨੂੰ, ਤੇਰੀ ਸ਼ੂਗਰ ਵੱਧ ਗਈ ਆ। ਉਹ ਕਹਿੰਦੇ ਜੀ ਇਨਸੁਲਿਨ ਤਾਂ ਬਹੁਤ ਦਿੰਦੇ ਅਸੀਂ ਤੇ ਅੰਬ ਬੜੇ ਸ਼ੂਗਰਾਂ ਤੋਂ ਬੈਠਾ, ਤੇ ਕੁੜੀਆਂ ਖਾਂਦਾ ਵਾ, ਗੁਲਾਬ ਜਾਮੁਨ ਖਾਂਦਾ, ਤੇ ਜਾਣ ਕੇ ਸ਼ੂਗਰ ਪਾਉਂਦਾ ਤਾਂ ਕਿ ਮੈਡੀਕਲ ਗਰਾਊਂਡ ਤੇ ਮੈਨੂੰ ਬੇਲ ਮਿਲਦਾ, ਏਦਾਂ ਤਰਕੂਬ ਹੁੰਦਾ। ਸੋ ਜੋ ਤੁਸੀਂ ਕਿਸੇ ਲਈ ਟੋਆ ਪੱਟੋਗੇ ਉਹ ਤੁਹਾਡੇ ਸਾਹਮਣੇ ਟੋਆ ਪੱਟਿਆ ਜਾਣਾ। ਮੈਂ ਭਗਵੰਤ ਨੂੰ ਇਹ ਨੀ ਕਹਿੰਦਾ ਕਿ ਮੈਂ ਬਦਲਾ ਖੋਰ ਹੈ, ਪਰ ਜੋ ਮੇਰੇ ਨਾਲ ਹੋਇਆ ਨਾ ਮੇਰੇ ਲਈ ਇਹ ਕਿਸੇ ਹੋਰ ਦੇ ਨਾਲ ਨਾ ਹੋਵੇ, ਇਹਦੀ ਜਾਂਚ ਕਰਾਊਂਗਾ ਮੈਂ ਪ੍ਰੋਪਰ। ਔਰ ਇੱਥੇ ਰਾਜਪਾਲ ਕਦੀ ਸਜ਼ਾ ਨਹੀਂ ਦੇ ਕਿਸੇ ਦੇ, ਇੱਥੇ ਔਰੰਗਜ਼ੇਬ ਵਰਗੇ ਵੱਡੇ ਵੱਡੇ ਰਜਵਾੜੇ ਆ ਜਿਹੜਾ ਸੁਖਬੀਰ ਕਹਿੰਦਾ 25 ਸਾਲ ਮੈਂ ਰਾਜ ਕਰੂੰਗਾ, ਤਿੰਨ ਬੰਦਿਆਂ ਦੀ ਪਾਰਟੀ ਸਕੂਟਰ ਤੇ ਕੱਲੇ ਚੱਲ ਜਾਂਦੇ ਨੇ, ਜਦੋਂ ਮਰਜ਼ੀ ਚੱਲ ਜਾਂਦੇ ਨੇ 25 ਸਾਲ ਦਾ ਰਾਜ ਕੀ ਕਰਨਾ ਲੋਕਾਂ। ਭਗਵੰਤ ਮਾਨ ਮੈਂ ਕਹਿਣਾ ਚਾਹੁੰਦਾ ਸੁਣ ਲਾ ਜਿੱਥੇ ਹੈਗਾ, ਮੈਂ ਤਾਂ ਨਹੀਂ ਕੱਟ ਇਸ ਮੇਰੇ ਮੁਕਦਮੇ ਦੀ ਜਾਂਚ ਹੋਊਗੀ, ਕਿਉਂਕਿ ਮੇਰੇ ਉੱਤੇ ਦੋਸਤੋ ਝੂਠੀ ਰਿਕਵਰੀ ਸ਼ੋਅ ਕੀਤੀ ਹੈ। ਅਜੇ 2015 24 ਕਹਿੰਦੇ ਨੇ ਅਦਾਲਤ ਵਿੱਚ ਕਿ ਕਹਿੰਦੇ ਨੇ 2015 ਦੇ ਵਿੱਚ ਉਹ ਫਲਾਣੇ ਨਸ਼ਾ ਵਾਲੇ ਬੰਦਿਆਂ ਨੂੰ ਇੱਕ ਸੋਨੇ ਦਾ ਬਿਸਕਿਟ ਦਿੱਤਾ, ਇਹਦੇ ਕੋਲੋਂ ਦਵਾਈ ਜਿਹੜਾ ਬੰਦਾ ਜੇਲ੍ਹ ਚ 10 ਸਾਲ ਦੀ ਸਟੈਸ ਕੱਟ ਰਿਹਾ, ਉਹਦੇ ਚ 24 ਮੁਕਦਮੇ ਨੇ, ਇਹਨਾਂ ਦੀ ਹਿਰਾਸਤ ਵਿੱਚ ਆ। ਉਹਨੂੰ ਕਢਾ ਕੇ ਬਿਆਨ ਦਵਾ ਕੇ ਉਹਨੂੰ ਵਹਿਦੇ ਮਾਫ਼ ਦਵਾ ਬਣਾ ਲਿਆ, ਤੇ ਮੁੜ ਕੇ ਜੇਲ੍ਹ ਵਿੱਚ ਜਾਣਾ ਹੀ ਸੀਗਾ, ਕਿਉਂਕਿ ਹੈ ਉਹਦੀ ਬਹੁਤ ਜੇਬ ਕਾਇਆ ਪਈ ਆ। ਤੇ ਮੈਂ ਕੀ ਕਰਨਾ ਵਾ, ਮੈਂ ਕੁਛ ਨੀ ਕਰਨਾ, ਮੈਂ ਸੱਚ ਕਰਨਾ ਵਾ।
ਜਦੋਂ ਸਾਡੀ ਸਰਕਾਰ ਬਣੂਗੀ ਏਦਾਂ ਹੀ ਇੱਕ SIT ਬਣਾਊਗਾ ਸਿੱਖ, ਉਹ ਜਾਊਗੀ ਉਸ ਬੰਦੇ ਨੂੰ ਬਾਹਰ ਕੱਢੂਗੀ, ਉਹਨੂੰ ਕਹੂਗੀ ਹੁਣ ਸੱਚ ਬੋਲ, ਉਹ ਸੱਚ ਬੋਲੂਗਾ ਕਿਉਂਕਿ ਉਹ ਬੰਦਾ ਜੇਲ੍ਹ ਚ, ਸਰਕਾਰ ਹੋਊਗੀ ਅਸੀਂ ਕਹਿਣਾ ਸੱਚ ਬੋਲਣੇ, ਸੱਚ ਨੇ ਕਹਿਣਾ ਕਿ ਆਫਸਰ ਨੇ ਆਫਸਰ ਨੇ ਆਫਸਰ ਨੇ ਮੇਰੇ ਕੋਲ ਝੂਠ ਬਣਵਾ ਚਿੱਠੀ ਗਵਾਈ ਗਵਾਈ, ਤੇ ਉਹ ਪੁੱਛਣਗੇ ਕਿ ਇਹਨਾਂ ਨੂੰ ਕਿਹਨੇ ਕਿਹਾ, ਉਹ ਕਹੂਗਾ ਕਿ ਮੈਂ ਇਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਲੈ ਕੇ ਸਿਰੇ ਸਾਹਮਣੇ ਬਹਿ ਕੇ ਕਿ ਮੁੱਖ ਮੰਤਰੀ ਚਾਹੁੰਦਾ ਕਿ ਤੂੰ ਚਿੱਠੀ ਗਵਾਈ ਦੇ। ਦੋਸਤੋ NDPS ਦਾ ਲਾਅ ਪਤਾ ਕੀ ਆ, ਜਿਹੜੀ ਸਜ਼ਾ NDPS ਦੇ ਕਾਨੂੰਨ ਵਿੱਚ ਦੋਸ਼ੀ ਨੂੰ ਹੋਊਗੀ, ਅਗਰ ਕੋਈ ਬੰਦਾ ਬੇਗੁਨਾਹ ਤੁਸੀਂ ਫਸਾਉਂਦੇ NDPS, ਉਹੀ ਧਾਰਾਵਾਂ ਇਹਨਾਂ ਦੇ ਲੱਗਣਗੀਆਂ, ਉਹਦਾ ਸੱਚ ਹੋਊਗਾ ਇਨਸਾਫ। ਔਰ ਇਹ ਕਿਉਂ ਚਾਹੁੰਦਾ ਮੈਂ, ਤਾਂ ਕਿ ਪੁਲਿਸ ਦਾ ਅਫਸਰ ਮੁੜ ਕੇ ਕੋਈ ਚੁੱਪ ਨਾ ਕਰੇ ਕਿਸੇ ਬੇਗੁਨਾਹ ਬੰਦੇ ਦੇ ਉੱਤੇ ਨਸ਼ੇ ਦਾ ਝੂਠਾ ਫਸ ਕੇ ਆ ਮੈਂ ਚੱਲਿਆ ਨਵੀਂ ਲੋ। ਔਰ ਜਿਸ ਕੇਸ ਵਿੱਚ ਮੈਨੂੰ ਫਸਾਇਆ 20 ਸਾਲ ਕੈਦ ਹੋਈ ਉੱਥੇ ਲੋਕਾਂ ਨੂੰ, ਇਹ ਤਾਂ ਮੈਨੂੰ 4-5 ਸਾਲ ਦੇ ਅੰਦਰ ਤੱਕ ਕੇ ਆਏ ਸੀਗੇ, ਇਹ ਤਾਂ ਮੇਰੀ ਕਿਸਮਤ ਆ, ਮੇਰੇ ਦੋਸਤ ਸੀਗਾ ਅਦਾਲਤ ਬੈਠੀ ਸੀ ਜਿਹਨੇ ਮੈਨੂੰ ਜਵਾਬ ਦਿੱਤੀ, ਔਰ ਪੁਲਿਸ ਵਾਲਿਆਂ ਨੇ ਯਕੀਨ ਕਰਵਾਇਆ ਸੀ ਭਗਵੰਤ ਨੂੰ ਕਿ ਘੱਟੋ ਘੱਟ 5-7 ਜਿਹੜਾ ਵੀ ਬਾਹਰ ਆਊਗਾ, ਆ ਇਹਨਾਂ ਦੀ ਕਰਤੂਤ ਹੈ ਮੇਰੇ ਵੀਰੋ। ਇਸ ਕਰਕੇ ਜਿੱਥੇ ਮੈਂ ਲੋਕਾਂ ਦਾ ਇਨਸਾਨ ਮੰਗਣਾ ਇੱਕ ਸ਼ੇਰ ਤੁਹਾਡੇ ਚ, ਮੈਂ ਭਾਈ ਅੰਮ੍ਰਿਤਪਾਲ ਨਹੀਂ ਮੰਗਦਾ, ਸਿੱਧੂ ਮੂਸੇਵਾਲੇ ਨਹੀਂ ਮੰਗਦਾ, ਕਿਸਾਨਾਂ ਨਹੀਂ ਮੰਗਦਾ, ਖੇਤ ਮਜ਼ਦੂਰਾਂ ਨਹੀਂ ਮੰਗਦਾ, ਗਰੀਬਾਂ ਨਹੀਂ ਮੰਗਦਾ, ਉਹਦੇ ਮੈਂ ਆਪਣਾ ਵੀ ਸਾਫ਼ ਕਰਾਉਣਾ ਵਾ। ਜੇ ਤੁਸੀਂ ਮੈਨੂੰ ਇੱਕ ਜਿਤਾ ਕੇ ਭਜਾ ਦੋਗੇ, ਇੱਕ ਸਭ ਤੋਂ ਵੱਡਾ ਸੁਣਿਆ ਪਤਾ ਕੀ ਜਾਊਗਾ, ਕੱਲ ਤੋਂ ਬਾਅਦ ਕੋਈ ਪੁਲਿਸ ਵਾਲਾ ਕਿਸੇ ਬੰਦੇ ਤੇ ਝੂਠਾ ਪਰਚਾ ਦਰਜ ਨਹੀਂ ਕਰਕੇ, ਉਹ ਕਹਿਣਗੇ ਖੈਰਾ ਲੋਕਾਂ ਨੇ ਜਿਤਾ ਕੇ 5 ਮਿੰਟ ਵਿੱਚ ਭੇਜਾ ਦਿੱਤੇ ਝੂਠਾ ਪਰਚਾ ਦਰਜ। ਦੂਸਰਾ, ਸੰਗਰੂਰ ਦੀ ਜਿੱਤ ਇਹਨਾਂ ਨੂੰ ਮਜਬੂਰ ਕਰੋਗੇ, ਤੇ ਤੁਹਾਡੇ ਦਰਵਾਜ਼ਿਆਂ ਤੇ ਨੱਕ ਰਹਿਣਗੀਆਂ। ਤੁਹਾਡਾ MLA ਕੌਣ ਹੈ ਇੱਥੋਂ? ਜਲੀਲੂ ਕਦੀ ਨੀ ਬੋਲਿਆ ਵਿਧਾਨ ਸਭਾ ਚ, ਕਦੀ ਨੀ ਬੋਲਿਆ ਉੱਥੇ, ਮੈਂ ਤੁਹਾਨੂੰ ਦੱਸ ਰਿਹਾ। ਤੁਹਾਡੇ ਦਰਵਾਜ਼ਿਆਂ ਤੇ ਘੁੰਮੂਗਾ ਕਿ ਸਾਨੂੰ ਕੋਈ ਕੰਮ ਦੱਸੋ, ਸਰਕਾਰ ਬੰਦਿਆਂ ਵਾਂਗੂ ਚੱਲੂਗੀ ਅਗਲਾ 2-2.5 ਸਾਲ, ਤੇ ਸਭ ਤੋਂ ਵੱਡਾ ਅਸਰ ਹੋਗਾ ਕੰਧਾਂ ਤੇ ਲਿਖਿਆ ਨਜ਼ਰ ਆ ਜਾਏਗਾ ਸੰਗਰੂਰ ਦੀ ਲੋਕ ਸਭਾ ਤੋਂ ਬਾਅਦ ਕਿ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਇਹ ਤੁਹਾਡਾ ਨਤੀਜੇ ਦਾ ਅਸਰ ਕਰੇਗਾ ਪੰਜਾਬ। ਔਰ ਆਪਾਂ ਪੰਜਾਬ ਤੇ ਕਿੰਨੀ ਰਾਜਨੀਤੀ ਸ਼ੁਰੂ ਕਰਾਂਗੇ, ਕੈਂਸਰ ਨਾਲ ਲੜਾਈ ਲੜਨੀ ਹੈ, ਸੰਗਰੂਰ ਮਰਿਆ ਪਿਆ ਹੈ, ਸੰਗਰੂਰ ਦਾ ਜ਼ਮੀਨੀ ਪਾਣੀ 400-500 ਫੁੱਟ ਥੱਲੇ ਜਾ ਚੁੱਕਾ, ਇਹ ਮੁੱਦੇ ਕੋਈ ਚੁੱਕਣ ਵਾਲਾ ਹੀ ਨਹੀਂਗਾ, ਬੱਚੇ ਸਾਡੇ ਬੇਰੁਜ਼ਗਾਰ ਨੇ, ਦਿਹਾੜੀ ਨਰੇਗਾ ਦੀ 300 ਆ, ਛੱਤਾਂ ਦੇ ਪੈਸੇ ਨਹੀਂ ਮਿਲ ਰਹੇ ਕੱਚੀਆਂ ਦੇ, ਇਹਨਾਂ ਨੂੰ ਕਿਹੜੇ ਗਰੀਬਾਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸੀ ਉਹਦਾ 2 ਸਾਲਾਂ ਤੋਂ ਬੰਦ ਪਈ ਆ, ਪੱਲੇਦਾਰਾਂ ਨੂੰ ਕੁੱਟਿਆ ਜਾ ਰਿਹਾ, ਇੱਥੇ ਧਰਨਾ ਮੰਗਣ ਜਾਂਦੇ ਨੇ ਆਪਣਾ ਵਾਜਬ ਰੇਟ, ਹਰ ਵਰਗ ਦੇ ਨਾਲ ਟੀਚਰ ਕੁੱਟੇ, ਔਰਤਾਂ ਕੁੱਟੀਆਂ, ਡਾਕਟਰ ਕੁੱਟੇ, ਡੰਗਰ ਡਾਕਟਰ ਕੁੱਟੇ, ਪੰਚਾਇਤ ਸੈਕਟਰੀ ਕੁੱਟੇ, ਆਹ ਸਰਕਾਰ ਹੈ ਤੁਹਾਡੀ। ਇਸ ਲਈ ਮੈਂ ਤੁਹਾਨੂੰ ਅਪੀਲ ਕਰਨਾ, ਸਮਾਂ ਬਹੁਤ ਹੋ ਗਿਆ ਮੈਨੂੰ ਪਤਾ, ਪਿੱਛੇ ਰਿਸ਼ਤੇ ਚੋਰ ਨਿਸ਼ਾਨ ਮੇਰਾ ਹੱਕ ਪੰਜਾ ਕਹਿਣੋ, ਮੈਂ ਤੁਹਾਨੂੰ ਸਿਰਫ ਅਪੀਲ ਕਰਨਾ ਕਿ ਜੇ ਤੁਸੀਂ ਮੈਨੂੰ ਵੋਟ ਪਾਓਗੇ ਮੈਂ ਇਮਾਨਦਾਰੀ ਨਾਲ ਕੰਮ ਕਰੂੰਗਾ, ਤੇ ਸਭ ਤੋਂ ਜ਼ਿਆਦਾ ਅੱਜ ਲੋੜ ਹੈ ਦੇਸ਼ ਵਿੱਚ ਨਿਡਰਤਾ, ਮੈਂ ਨਿਡਰਤਾ ਦੇ ਨਾਲ ਕੰਮ ਕਰੂੰਗਾ, ਮੈਂ ਘਬਰਾਊਂਗਾ ਨਹੀਂ। ਔਰ ਲਾਲੀ ਸਰਪੰਚ ਸਾਹਿਬ ਨੇ ਤੁਹਾਡਾ ਇੱਕ ਸੜਕ ਦਾ ਜ਼ਿਕਰ ਕੀਤਾ ਸੀ, ਇਹ ਸੜਕਾਂ ਦੇਖੋ ਮੈਂ ਕਦੀ ਜ਼ਿੰਦਗੀ ਝੂਠ ਨਹੀਂ ਬੋਲਿਆ, MP ਜਿਹੜਾ ਹੁੰਦਾ ਨਾ ਪੈਰੋਂ ਸੁਣਿਓ, ਇਹ ਸੜਕ ਬਣਾਉਣੀ ਪਿੰਡ ਦਾ ਗਲੀਆਂ ਨਾਲੀਆਂ ਜਾਂ ਕੋਈ ਇਵਨ ਸਕੂਲ ਨੂੰ ਅਪਗ੍ਰੇਡ ਕਰਨਾ, ਇਹ ਸਾਰਾ ਗਵਰਨਮੈਂਟ ਪੰਜਾਬ ਦਾ ਕੰਮ ਹੈ, ਬਿਲਕੁਲ ਸਰਕਾਰ ਤੁਸੀਂ। MP ਦਾ ਕੰਮ ਹੈ ਜਿਹੜੇ ਦੇਸ਼ ਦੀਆਂ ਸਕੀਮਾਂ ਬਣਨਗੀਆਂ, ਕੋਈ ਵੀ ਸਕੀਮ ਗਵਰਨਮੈਂਟ ਆਫ ਇੰਡੀਆ ਬਣਾਊਗੀ ਉਹ ਥੱਲੇ ਕਿੱਦਾਂ ਲਾਗੂ ਹੋਣੀ ਠੀਕ, ਜਾਂ ਨਵਾਂ ਕਾਨੂੰਨ ਬਣਾਉਣਾ ਉਹ ਪਾਰਲੀਮੈਂਟ ਚ ਬਣਨਾ, ਪਾਰਲੀਮੈਂਟ ਕੋਲ ਇੱਕ ਸਪਾਂਸਰ ਹੋਊਗੀ ਸਾਡੇ ਕੋਲ, ਉਹਨੂੰ ਕਹਿੰਦੇ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਉਸ ਯੋਜਨਾ ਦੇ ਵਿੱਚ ਤੁਹਾਡੀ ਮੈਂ ਸੜਕ ਮੇਰਾ ਵਹਿਦਾ ਤੁਹਾਡੀ ਸੜਕ ਲਿਖ ਕੇ ਤੇ ਗਵਰਨਮੈਂਟ ਆਫ ਇੰਡੀਆ ਨੂੰ ਭੇਜੂਗਾ, ਜੇ ਬਣੀ ਤੇ ਫਿਰ ਉਹ ਵੱਡੀ ਬਣੂਗੀ, 35-40 ਫੁੱਟੀ ਬਣੂਗੀ, ਉਹ ਫਿਰ ਛੋਟੀ ਨਹੀਂ ਬਣਨੀ।
ਜ਼ਮੀਨ ਹੈ ਉਹ ਮੇਰਾ ਬੇਟਾ ਦੇਖ ਕੇ ਮੈਂ ਜ਼ਰੂਰ ਚਾਹੂੰਗਾ ਇਹ ਮੇਰਾ ਬੇਟਾ ਵਾ। ਅੱਛਾ ਇਹ ਤਾਂ ਫਰਕ ਹੋ ਗਈ ਨਾ, ਜੇ ਤੁਸੀਂ ਮੈਨੂੰ ਚੁਣਾ ਕੇ ਭੇਜੋ ਮੈਂ ਤਿੰਨ ਜ਼ਿਲ੍ਹਿਆਂ ਦਾ ਵਿਜੀਲੈਂਸ ਮੋਨੀਟਰਿੰਗ ਕਮੇਟੀ ਦਾ ਚੇਅਰਮੈਨ ਹੋਊਗਾ, ਰੇਲਕੋਟ ਦਾ ਬਰਨਾਲਾ ਸੰਗਰੂਰ, ਸਾਰੇ ਡੀਸੀ ਐਸਐਸਪੀ ਐਸਡੀਓ ਤਹਿਸੀਲਦਾਰ ਆ ਤੁਹਾਡੇ ਦਿਨੇ ਪੁਲਿਸ ਵਾਲੇ ਇਹ ਸਾਰੇ ਮੇਰੇ ਥੱਲੇ ਹੋਣੇ, ਆਪਾਂ ਉਦਾਂ ਹੀ ਕੰਮ ਕਰਨਾ ਇਹਨਾਂ ਤੋਂ, ਇਹਨਾਂ ਨੇ ਚਾਲੂ ਕਰੇ ਹੋ ਜਾਣਾ, ਇਹਨੂੰ ਪਤਾ ਲੱਗ ਜਾਣਾ ਕਿ ਮੁੱਖ ਮੰਤਰੀ ਨੂੰ ਹਰਾ ਕੇ ਖਹਿਰਾ ਚਲੇਗਾ ਸੰਗਰੂਰ ਲੋਕ ਸਭਾ, ਇਹਨਾਂ ਨੇ ਪੱਥਰ ਥਰ ਕੰਮਣਾ ਵਾ। ਔਰ ਜਿਹੜੀ ਮੇਰੀ ਕਲਮ ਉਹ ਭਗਵੰਤ ਮਾਨ ਜੀ ਜਦੋਂ ਹਰਾ ਪੈਂਦਾ ਲੈ ਮੈਂ ਸਾਡੇ ਨੀਲੇ ਪੈਣਾ ਤੁਹਾਡੀ ਤਕਦੀਰ ਬਦਲ ਦੇਣੀ ਹੈ, ਕਿਸੇ ਹਰੇ ਪਿੰਡ ਦੀ ਆਪਾਂ ਲੋੜ ਨਹੀਂ ਪੈਣੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ। ਸਾਡੀ ਖਿਲਾਫ ਹੈ ਮੇਰਾ ਹੌਸਲਾ ਵੱਧਦਾ ਤੁਹਾਨੂੰ ਦੇਖ ਕੇ ਤੇ ਚਿਹਰੇ ਤੁਹਾਡੇ ਖਿੜੇ ਹੋਏ ਨੇ, ਔਰ ਮੈਂ ਉਸ ਵਾਹਿਗੁਰੂ ਦਾ ਧੰਨਵਾਦ ਕਰਦਾ ਵਾ ਕਿ ਤੁਸੀਂ ਕੰਮ ਵੀ ਕਦਰ ਕਰਨਾ ਹੈ ਉੱਥੇ। ਇਸ ਕੱਖ ਬੜੇ ਗਾਂਧੀ ਬੈਠੇ ਹੋਣਗੇ, ਆਜ਼ਾਦੀ ਆਇਆ ਹਮਦ ਪਾਠ ਛੱਡ ਕੇ, ਕਿੰਨੇ ਝਾੜੂ ਵਾਲੇ ਬੈਠੇ ਹੋਣਗੇ, ਕਿੰਨੇ ਕਾਮਨਿਸਟ, ਕਿੰਨੇ ਕਿਸਾਨ ਜਥੇਬੰਦੀਆਂ ਦੇ ਲੋਕੀ, ਤੁਸੀਂ ਫਿਰ ਆ ਕੇ ਤਾਂ ਪੰਜਾਬ ਬੰਦੇ ਫਿਰਦੇ ਨੇ ਪੰਜਾਬ, ਤੁਸੀਂ ਖਹਿਰੇ ਦੇ ਕੰਮਾਂ ਦੀ ਤੇ ਉਹਦੇ ਕਿਰਦਾਰ ਦੀ ਕਦਰ ਕਰਨਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।